ਹਾਂਜੀ ਸਟੂਡੈਂਟਸ ਅੱਜ ਅਸੀਂ ਆਪਣੀ ਪਲੱਸ 2 ਕਲਾਸ ਇੰਗਲਿਸ਼ ਇਲੈਕਟਿਵ ਦੇ ਚੌਥੇ ਚੈਪਟਰ ਦਾ ਗੈਂਬਲਿੰਗ ਮੈਚ ਜਿਸ ਨੂੰ ਕਿ ਮਾਰਜਰੀ ਸਾਈਕਸ ਨੇ ਲਿਖਿਆ ਹੋਇਆ ਹੈ ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕੰਟੀਨਿਊ ਕਰਾਂਗੇ ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਤੀਸਰਾ ਵੀਡੀਓ ਹੋਏਗਾ ਸਟੂਡੈਂਟਸ ਮੈਂ ਇਸ ਚੈਪਟਰ ਦੇ ਪਹਿਲੇ ਵੀਡੀਓ ਦੇ ਵਿੱਚ ਇਸ ਚੈਪਟਰ ਦਾ ਇੰਟਰੋਡਕਟਰੀ ਪੈਰਾ ਅਤੇ ਪਹਿਲੇ 5 ਪੈਰਾਗ੍ਰਾਫ ਮੈਂ ਤੁਹਾਨੂੰ ਆਪਣੇ ਪਹਿਲੇ ਵੀਡੀਓ ਦੇ ਵਿੱਚ ਐਕਸਪਲੇਨ ਕੀਤੇ ਨੇ ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕੋਰਨਰ ਦੇ ਉੱਪਰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਜਿਸ ਤੇ ਜਾ ਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਆ ਇਸ ਚੈਪਟਰ ਦੀ ਸੀਰੀਜ਼ ਦੇ ਦੂਸਰੇ ਵੀਡੀਓ ਦੇ ਵਿੱਚ ਮੈਂ ਪੈਰਾ ਨੰਬਰ 6 ਤੋਂ ਲੈ ਕੇ 12 ਤੱਕ ਜਿਹੜੇ ਲਾਈਨਸ ਨੇ ਡਿਸਕਸ ਕੀਤੀਆਂ ਨੇ ਜੇਕਰ ਤੁਹਾਡਾ ਬੱਚੇਓ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕੋਰਨਰ ਦੇ ਉੱਪਰ ਇਸ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇਹ ਦੋਨੇ ਵੀਡੀਓ ਜ਼ਰੂਰ ਦੇਖੋ ਤਾਂ ਕਿ ਤੁਸੀਂ ਅੱਜ ਵਾਲਾ ਤੀਸਰਾ ਵੀਡੀਓ ਜਿਸ ਦੇ ਵਿੱਚ ਮੈਂ ਬਾਕੀ ਦਾ ਚੈਪਟਰ ਕੰਪਲੀਟ ਕੀਤਾ ਹੈ ਉਸ ਨੂੰ ਚੰਗੀ ਤਰ੍ਹਾਂ ਸਮਝ ਪਾਉ। ਹਾਂਜੀ ਸਟੂਡੈਂਟਸ ਅਸੀਂ ਆਪਣੇ ਦੋ ਪਾਰਟਸ 'ਚ ਇਹ ਵਾਲਾ ਚੈਪਟਰ ਦਾ ਗੈਂਬਲਿੰਗ ਮੈਚ ਕਵਰ ਕਰ ਲਿਆ ਉਹਦੇ ਉਹਨਾਂ ਪਾਰਟ ਦੇ ਵਿੱਚ ਆਪਾਂ ਪਹਿਲੇ 12 ਜਿਹੜੇ ਪੈਰਾਗ੍ਰਾਫਸ ਐ ਕੋ ਕਵਰ ਕਰ ਲੇ। ਅੱਜ ਆਪਾਂ ਉਸ ਤੋਂ ਅੱਗੇ ਕਰਾਂਗੇ ਜੀ ਤਾਂ 12ਵੇਂ ਦੇ ਵਿੱਚ ਆਪਾਂ ਥੋੜਾ ਜਿਆਦਾ ਦੇਖ ਲੈਣੇ। ਕੇ ਦ੍ਰਿਉਦਨ ਨੇ ਕੇ ਹਸਿਗਾ 유ਦਿਸ਼ਤਨ ਨੂੰ ਕੇ ਜਿਵੇਂ ਵਿਦੁਰ ਚਲਾ ਗਿਆ ਤੇ ਉਵੇਂ ਤੂੰ ਵੀ ਬਾਹਰ ਚਲਾ ਜਾ ਕਿਉਂਕਿ ਜਿਵੇਂ ਵਿਦੁਰ ਸਾਨੂੰ ਕਹਿ ਰਿਹਾ ਸੀਗਾ 치츠 ਐਂਡ ਜੈਕਲਸ ਤਾਂ ਤੂੰ ਫਿਰ ਸਾਡੇ ਨਾਲ ਕਿਉਂ ਖੜੇਗਾ ਜਿਨ੍ਹਾਂ ਨੂੰ 치츠 ਤੇ ਜੈਕਲਸ ਕਿਹਾ ਜਾਂਦਾ ਹੈ ਹੁਣ 13ਵੇਂ ਦੇ ਵਿੱਚ 유ਦਿਸ਼ਤਰਾ ਦਾ ਆਨਸਰ ਆਂਦਾ ਹੈ ਐਂਡ ਆਈ ਡੂ ਨੋਟ ਫੀਅਰ ਯੂ অর ਐਨੀ ਮੈਨ ਫਿਊਰੀਅਸਲੀ ਆਨਸਰਡ 유ਦਿਸ਼ਤਰਾ ਤਾਂ 유ਦਿਸ਼ਤਰਾ ਗੁੱਸੇ ਨਾਲ ਆਨਸਰ ਦਿੰਦਾ ਦੇਖੋ ਫਿਊਰੀਅਸਲੀ ਦਾ ਮਤਲਬ ਹੁੰਦਾ ਹੈ ਗੁੱਸੇ ਵਿੱਚ ਹਜੇ ਵੀ ਦੇਖੋ ਜਿਹੜਾ ਯੁਦਿਸ਼ਤਰ ਹੈ ਉਹ ਨਾਰਮਲ ਨਹੀਂ ਹੈ ਆਪਣੇ ਟੈਂਪਰਮੈਂਟ ਦੇ ਵਿੱਚ ਉਹ ਹਜੇ ਵੀ ਉਹਨੂੰ ਗੁੱਸਾ ਚੜਿਆ ਹੋਇਆ ਹੈ ਤੇ ਉਹ ਉਸੇ ਟੋਨ ਦੇ ਵਿੱਚ ਕੀ ਬੋਲ ਰਿਹਾ ਹੈ ਕਹਿੰਦੇ ਮੈਨੂੰ ਤੈਨੂੰ ਜਾਂ ਤੇਰੇ ਆਦਮੀ ਨਾਲ ਕਿਸੇ ਵੀ ਜੋ ਤੋਂ ਆਪਣੇ ਨਾਲ ਲੈ ਕੇ ਆਏ ਉਹਨਾਂ ਤੋਂ ਮੈਨੂੰ ਡਰ ਨਹੀਂ ਲੱਗਦਾ ਆਈ ਡੂ ਨੋਟ ਫੀਅਰ ਯੂ ਫੀਅਰ ਦਾ ਮਤਲਬ ਹੁੰਦਾ ਡਰਨਾ ਤੇ ਮੈਨੂੰ ਤੇਰੇ ਤੇਰੇ ਆਦਮੀ ਤੋਂ ਕੋਈ ਡਰ ਨਹੀਂ ਹੈ ਪਲੇ ਔਨ ਇਫ ਯੂ ਪਲੀਜ਼ ਕਹਿੰਦੇ ਜੇ ਤੇਰੀ ਮਰਜ਼ੀ ਹੈ ਤਾਂ ਖੇਡ leon once more the stakes were named equerry fair the ਲੱਗੇ ਮਤਲਬ ਉੱਥੇ ਤੁਹਾਨੂੰ ਪਤਾ ਹੈ ਜੂਏ 'ਚ ਤਾਂ ਦਾ ਲੱਗਦੇ ਆ ਤਾਂ ਸਟੇਕਸ ਲੱਗੇ ਫੇਰ ਦੁਬਾਰਾ step by step yudhishthira lost the whole of his vast wealth ਇੱਕ ਇੱਕ ਕਰਕੇ ਯੁਦਿਸ਼ਥਰ ਨੇ ਗਵਾ ਦਿੱਤੀ ਆਪਣੀ ਸਾਰੀ ਵੈਲਥ ਵਾਸਟ ਵੈਲਥ ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ ਜਿਹੜੀ ਉਹਦੀ ਧਨ ਦੌਲਤ ਸੀ ਵਾਸ ਦਾ ਮਤਲਬ ਵੈਰੀ ਲਾਰਜ ਬਹੁਤ ਤਾਂ ਬਹੁਤ ਜ਼ਿਆਦਾ ਜਿਹੜੀ ਉਹਦੀ ਤੰਦੋਲ ਸੀ ਉਸਨੇ ਇੱਕ ਇੱਕ ਕਰਕੇ ਸਾਰੀ ਗਵਾਤੀ ਐਂਡ 올 ਹਿਸ اسٹیਟਸ ਅਤੇ ਆਪਣੀ ਸਾਰੀ ਜ਼ਮੀਨ ਜਾਇਦਾਦ ਵੀ ਗਵਾਤੀ اسٹیਟ ਦਾ ਮਤਲਬ ਹੁੰਦਾ ਬੇਟਾ ਜ਼ਮੀਨ ਜਾਇਦਾਦ ਵਿਦ ਦਾ ਕੈਟਲ ਐਂਡ ਸ਼ੀਪ ਅਪਨ ਥੈਮ ਇਵਨ ਕੇ ਉਸ ਜ਼ਮੀਨ ਦੇ ਉੱਪਰ ਜੇ ਉਹਦੀਆਂ ਕੋਈ ਪਸ਼ੂ ਰੱਖੇ ਹੋਏ ਸੀ ਕੈਟਲ ਸੀਗੇ ਜਾਂ ਸ਼ੀਪਸ ਵਗੈਰਾ ਜੋ ਵੀ ਉਹਨੇ ਪਸ਼ੂ ਵਗੈਰਾ ਪੇ ਡਾਂ ਬੱਕਰੀਆਂ ਜੋ ਵੀ ਸੀਗੀਆਂ ਉਹ ਵੀ ਨਾਲ ਹੀ ਚਲੀ ਗਈਆਂ ਕਿ ਜਦੋਂ ਉਹਨੇ ਆਪਣੀ ਸਟੇਟ ਦੋਤੇ ਲਈ ਆਪਣੀ ਜ਼ਮੀਨ ਦੋਤੇ ਲਈ ਤਾਂ ਉਹਦੇ ਉੱਪਰ ਜਿਹੜੇ ਪਸ਼ੂ ਸੀਗੇ ਉਹ ਵੀ ਚਲੇਗੇ ਨਾਲ ਹਿਸ 브ਦਰ ਸੈਟ ਸਲੈਂਲੀ ਵਾਚਿੰਗ ਹੁਣ ਉਹਦੇ ਜਿਹੜੇ ਭਰਾ ਨੇ ਤੁਹਾਨੂੰ ਪਤਾ ਬੱਚਿਓ ਪੰਜ ਪਾਂਡਵ ਸੀਗੇ ਤਾਂ ਜਿਹੜੇ ਉਹਦੇ ਬਾਕੀ ਚਾਰ ਭਰਾ ਨੇ ਉਹ ਬੈਠੇ ਨੇ ਸਲੈਂਲੀ ਦਾ ਮਤਲਬ ਚੁੱਪਚਾਪ ਚੁੱਪ ਕਰਕੇ ਬੈਠੇ ਨੇ ਵਾਚਿੰਗ ਦੇਖ ਰਹੇ ਨੇ ਬਟ ਦੇ ਡਿਡ ਨੋਟ ਡੇਅਰ ਟੂ ਇੰਟਰਫੇਅਰ ਪਰ ਉਹਨਾਂ ਨੇ ਦਖਲ ਅੰਦਾਜ਼ੀ ਕਰਨ ਦੀ ਹਿੰਮਤ ਨਹੀਂ ਕੀਤੀ ਡੇਅਰ ਟੂ ਦਾ ਮਤਲਬ ਹੁੰਦਾ ਬੇਟਾ ਹਿੰਮਤ ਕਰਨਾ ਡੇਅਰ ਟੂ ਮੋਡਲ ਵਰਬ ਹੈ ਇਹ ਆਪਾਂ ਕਰੀਆਂ ਹੋਈਆਂ ਇੰਟਰਫੇਅਰ ਦਾ ਮਤਲਬ ਹੁੰਦਾ ਦਖਲਅੰਦਾਜ਼ੀ ਤਾਂ ਹੁਣ ਤੁਸੀਂ ਇਹ ਗੱਲ ਦਾ ਅੰਦਾਜ਼ਾ ਲਾਓ ਬੇਟਾ ਕਿ ਯੁਦਿਸ਼ਠਰ ਸਭ ਤੋਂ ਵੱਡਾ ਸੀ ਤਾਂ ਉਹ ਸਾਰੇ ਪਾਂਡਵਾਂ ਦੀ ਤਰਫੋਂ ਜੂਆ ਖੇਡ ਰਿਹਾ ਸੀ ਬਾਕੀ ਪਾਂਡਵਾਂ ਨੂੰ ਲੱਗ ਰਿਹਾ ਸੀ ਕਿ ਯੁਦਿਸ਼ਠਰ ਗਲਤ ਕਰ ਰਿਹਾ ਹੈ ਲੇਕਿਨ ਇੱਕ ਦੇਖੋ ਵੱਡੇ ਭਰਾ ਦੀ ਇੱਜ਼ਤ ਹੈ ਉਹਨਾਂ ਦਿਨਾਂ ਦੇ ਵਿੱਚ ਨਾ ਇਹ ਗੱਲਾਂ ਬੜੀਆਂ ਮੈਟਰ ਕਰਦੀਆਂ ਸੀ ਕਿ ਵੱਡੇ ਜੋ ਵੀ ਵੱਡਾ ਹੁੰਦਾ ਸੀ ਉਹਦੀਆਂ ਗੱਲਾਂ ਦੇ ਵਿੱਚ ਦਖਲਅੰਦਾਜ਼ੀ ਛੋਟੇ ਨਹੀਂ ਸੀ ਕਰਦੇ ਚਾਹੇ ਛੋਟਿਆਂ ਨੂੰ ਲੱਗੇ ਕਿ ਉਹ ਗਲਤ ਹੈ ਚਾਹੇ ਸਹੀ ਹੈ ਤਾਂ ਇੱਥੇ ਦੇਖੋ ਇੱਕ ਬਹੁਤ ਹੀ ਵਧੀਆ ਇੱਕ ਸਾਨੂੰ ਐਗਜ਼ਾਮਪਲ ਦੇਖਣ ਨੂੰ ਮਿਲਦੀ ਹੈ ਕਿ ਹਾਲਾਂਕਿ ਵੱਡਾ ਭਰਾ ਗਲਤ ਜਾ ਰਿਹਾ ਹੈ ਬਾਕੀ ਚਾਰ ਭਰਾ ਨੂੰ ਦਿਖ ਰਹੇ ਹੈ ਲੇਕਿਨ ਉਹ ਵਿਚਾਰੇ ਚੁੱਪ ਕਰਕੇ ਵਾਚ ਕਰ ਰਹੇ ਨੇ ਉਹਨਾਂ ਚ ਐਨੀ ਹਿੰਮਤ ਨਹੀਂ ਹੈ ਕਿ ਆਪਣੇ ਵੱਡੇ ਭਰਾ ਨੂੰ ਕਹਿ ਸਕਣ ਕਿ ਤੂੰ ਰੁਕ ਜਾ ਤੂੰ ਇਹ ਕੰਮ ਨਾ ਕਰ ਤਾਂ ਇਹ ਮੋਰਲ ਵੈਲਿਊਜ਼ ਹੈ ਬੱਚਿਓ ਇਹ ਨੈਤਿਕ ਗੱਲਾਂ ਨੇ ਜਿਹੜੀਆਂ ਪਰਿਵਾਰ ਚੋਂ ਹੀ ਬੱਚੇ ਨੂੰ ਮਿਲਦੀਆਂ ਨੇ ਅੱਜ ਕੱਲ ਤਾਂ ਤੁਹਾਨੂੰ ਪਤਾ ਹੈ ਵੀ ਪਿਓ ਨੂੰ ਵੀ ਮਾਂ ਨੂੰ ਵੀ ਬੱਚੇ ਬੋਲਦੇ ਨੇ ਤਾਂ ਭਰਾਵਾਂ ਦੀ ਤਾਂ ਗੱਲ ਹੀ ਛੱਡੋ ਅੱਗੇ ਆਓ ਜੀ 14th ਪੁਆਇੰਟ ਗ੍ਰੇਟ ਕਿੰਗ ਮੌਕ ਛਕੁਨੀ ਛਕੁਨੀ ਉਸ ਨੂੰ ਫੇਰ ਮੌਕ ਕਰਦਾ ਮਜ਼ਾਕ ਕਰਦਾ ਤੇ ਗ੍ਰੇਟ ਕਿੰਗ ਕਹਿੰਦਾ ਦੇਖੋ ਫੇਰ ਉਸ ਨੂੰ ਗ੍ਰੇਟ ਕਿੰਗ ਕਹਿੰਦਾ ਯੂ ਹੈਵ ਸ਼ੋਰਲੀ ਨਥਿੰਗ ਲੈਫਟ ਨਾਓ ਕਹਿੰਦਾ ਤੇਰੇ ਕੋਲ ਤਾਂ ਹੁਣ ਕੁਝ ਰਿਹਾ ਹੀ ਨਹੀਂ ਨਥਿੰਗ ਲੈਫਟ ਨਾਓ ਲੈਟ ਅਸ ਪਲੇ ਨੋ ਮੋਰ ਚਲੋ ਹੁਣ ਆਪਾਂ ਨਹੀਂ ਖੇਡਦੇ ਵੀ ਤੂੰ ਤਾਂ ਹੁਣ ਖਾਲੀ ਹੋ ਗਿਆ ਤੇਰੇ ਕੋਲ ਕੁਝ ਰਿਹਾ ਨਹੀਂ ਹੁਣ ਆਪਾਂ ਹੋਰ ਨਹੀਂ ਖੇਡਦੇ ਲੇਕਿਨ ਉਹ ਇਹ ਗੱਲ ਕਹਿੰਦਾ ਨਹੀਂ ਹੈ ਮੌਗਡ ਕਰਦਾ ਹੈ ਮੌਗਡ ਦਾ ਮਤਲਬ ਜਦੋਂ ਆਪਾਂ ਕਿਸੇ ਨੂੰ ਕੁਝ ਲਾ ਕੇ ਮਜ਼ਾਕ ਕਰਕੇ ਕਹਿੰਦੇ ਤਾਂ ਉਹਦਾ ਸਾਰਾ ਮੋਟਿਵ ਕੀ ਹੈ ਸ਼ਕੁਨੀ ਦਾ ਕਿ ਇਹਦੇ ਕੋਲੇ ਕੁਝ ਨਾ ਰਹਿਣ ਦਿੱਤਾ ਜਾਵੇ ਇਹਨੂੰ ਐਗਰੈਸਿਵ ਕੀਤਾ ਜਾਵੇ ਇਸ ਨੂੰ ਗੁੱਸਾ ਚੜਾਇਆ ਜਾਵੇ ਤਾਂ ਕਿ ਇਹ ਆਪਣਾ ਸਾਰਾ ਕੁਝ ਅੱਜ ਆਪਣਾ ਜਾ ਕੇ ਇਹ ਸਾਰਾ ਕੁਝ ਜੋ ਵੀ ਹੈ ਇਤੋਂ ਹਾਰ ਕੇ ਜਾਵੇ ਤਾ 15 ਪੁਆਇੰਟ ਕਰ ਲੈਨੇ ਯੁਦਿਸ਼ਠਰ ਸੈਟ ਸਾਇਲੈਂਟ ਫੋਰ ਅ ਮੂਮੈਂਟ ਤਾ ਯੁਦਿਸ਼ਠਰ ਕੁਝ ਪਲ ਦੇ ਲਈ ਫੋਰ ਅ ਮੂਮੈਂਟ ਕੁਝ ਪਲ ਦੇ ਲਈ ਚੁੱਪ ਕਰਕੇ ਬੈਠ ਗਿਆ ਸਾਇਲੈਂਟ ਦਾ ਮਤਲਬ ਚੁੱਪ ਥੈਨ ਹੀ ਲੁੱਕਡ ਅਪ ਵਿਦ ਫਲੈਸ਼ਿੰਗ ਆਈਜ਼ ਫੈਰੋਜ਼ੀ ਅੱਖਾਂ ਦੇ ਵਿੱਚ ਇੱਕ ਚਮਕ ਆਂਦੀ ਹੈ ਫਲੈਸ਼ਿੰਗ ਆਈਜ਼ ਫਲੈਸ਼ ਆਂਦੀ ਹੈ ਉਹਦੀਆਂ ਅੱਖਾਂ ਦੇ ਵਿੱਚ ਇਫ ਇਟ ਇਜ਼ ਮਾਈ ਫੇਟ ਟੂ ਲੂਜ਼ ਆਲ ਸੋ ਬੀ ਇਟ ਕਹਿੰਦੇ ਜੇ ਮੇਰੀ ਅੱਜ ਕਿਸਮਤ ਚ ਲਿਖਿਆ ਹੈ ਕਿ ਮੈਨੇ ਸਾਰਾ ਕੁਝ ਹਾਰਨਾ ਹੈ ਹੋਣ ਦੋ ਫਿਰ ਸੋ ਬੀ ਇਟ ਦੋ ਲਾਈਨਾਂ ਨੇ ਦੇਖੋ ਧਿਆਨ ਨਾਲ ਦੇਖੋ ਇਫ ਇਟ ਇਜ਼ ਮਾਈ ਫੇਟ ਜੇਕਰ ਮੇਰੀ ਕਿਸਮਤ ਹੈ ਟੂ ਲੂਜ਼ 올 ਕਿ ਮੈਂ ਸਾਰਾ ਕੁਝ ਹਾਰ ਜਾ ਸੋ ਬੀ ਇਟ ਫਿਰ ਹੋਣ ਦੋ ਐਵੇਂ ਆਪਾਂ ਪੰਜਾਬੀ ਚ ਕਹਿੰਦੇ ਨਹੀਂ ਵੀ ਜੇ ਅੱਜ ਕੁਝ ਹੁੰਦਾ ਤਾਂ ਹੋਣ ਦੋ ਤਾਂ ਉਹਨੂੰ ਇੰਗਲਿਸ਼ ਚ ਇੱਥੇ ਸੋ ਬੀ ਇਟ ਕਹਿੰਦੇ ਆ ਸੋ ਬੀ ਇਟ ਕਹਿੰਦੇ ਫਿਰ ਹੋਣ ਦੋ ਜੇ ਮੈਂ ਅੱਜ ਹਾਰਨੇ ਸਾਰਾ ਕੁਝ ਚੱਲਣ ਤੋਂ ਕੰਮ ਫਿਰ ਹੀ ਸੈਡ ਉਸਨੇ ਕਿਹਾ ਬਟ ਇਟ ਮੇ ਬੀ ਦੈਟ ਫੋਰਚਨ ਵਿਲ ਫੇਵਰ ਮੀ ਐਟ ਲਾਸਟ ਦੇਖੋ ਹਜੇ ਵੀ ਉਸਨੂੰ ਯਕੀਨ ਹੈ ਕਹਿੰਦੇ ਸ਼ਾਇਦ ਮੇਰੀ ਜਿਹੜੀ ਕਿਸਮਤ ਹੈ ਮੇਰਾ ਸਾਥ ਦੇਊਗੀ ਫੋਰਚੂਨ ਦਾ ਮਤਲਬ ਹੁੰਦਾ ਬੇਟਾ ਕਿਸਮਤ ਕਿ ਹੁਣ ਤੱਕ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ ਜੂਏ 'ਚ ਬਟ ਇਟ ਵਿਲ ਫੇਵਰ ਮੀ ਐਟ ਲਾਸਟ ਕਹਿੰਦੇ ਅੰਤ 'ਚ ਮੇਰਾ ਸਾਥ ਜ਼ਰੂਰ ਦੇਊਗੀ ਜਿਹੜਾ ਬੱਚਾ ਜਾਂ ਜਿਹੜਾ ਪਰਸਨ ਜੂਆ ਖੇਡਦਾ ਹੈ ਉਹਨੂੰ ਐਂਡ ਤੱਕ ਲੱਗਦਾ ਰਹਿੰਦਾ ਹੈ ਕਿ ਆਹ ਬਾਜ਼ੀ ਹੁਣ ਮੈਂ ਜਿੱਤੂ ਆਹ ਬਾਜ਼ੀ ਮੈਂ ਜਿੱਤੂ ਉਸ ਚੱਕਰ ਦੇ ਵਿੱਚ ਉਹ ਆਪਣਾ ਸਾਰਾ ਕੁਝ ਗਵਾ ਬੈਠਦਾ ਆਈ ਟ੍ਰੇਕ ਮਾਈ ਕਿੰਗਡਮ ਅਗੇਂਸਟ 올 ਯੂਅਰ ਪ੍ਰੀਵੀਅਸ ਵਿਨਿੰਗਸ ਹੁਣ ਦੇਖੋ ਕਿੱਡੀ ਵੱਡੀ ਉਹ ਚੀਜ਼ ਦਾਤੇ ਲਾਂਦਾ ਹੁਣ ਤੁਹਾਨੂੰ ਪਤਾ ਹੈ ਨਾ ਕਿ 유ਦਿਸ਼ਠਰ ਇੱਕ ਰਾਜ ਦਾ ਰਾਜਾ ਹੈ ਉਸ ਕੋਲ ਇੱਕ ਰਾਜ ਹੈ ਛੋਟਾ ਜਾਂ ਤਾਂ ਉਹ ਆਪਣੀ ਕਿੰਗਡਮ ਦੌਤੇ ਲਾ ਦਿੰਦਾ ਹੈ ਕਿੰਗਡਮ ਦਾ ਮਤਲਬ ਰਾਜ ਉਹ ਆਪਣਾ ਰਾਜ ਸਟੇਕ ਦਾ ਮਤਲਬ ਦੌਤੇ ਲਾ ਦਿੰਦਾ ਹੈ ਕਾਦੇ ਅਗੇਂਸਟ 올 ਯੂਅਰ ਪ੍ਰੀਵੀਅਸ ਵਿਨਿੰਗ ਜੋ ਤੂੰ ਹੁਣ ਤੱਕ ਜਿੱਤੇ ਹੈ ਮੇਰੇ ਤੋਂ ਯੁਦਿਸ਼ਟ੍ਰੇ ਕਹਰੇ ਦੁਰਯੋਦਨ ਨੂੰ ਵੀ ਜੋ ਤੂੰ ਹੁਣ ਤੱਕ ਮੇਰੇ ਤੋਂ ਜਿੱਤੇ ਹੈ ਪ੍ਰੀਵੀਅਸ ਦਾ ਮਤਲਬ ਪਿਛਲੀਆਂ ਕਿ ਜਿੰਨੀਆਂ ਤੂੰ ਮੇਰੇ ਤੋਂ ਪਿਛਲੀਆਂ ਚੀਜ਼ਾਂ ਜਿੱਤੇ ਹੈ ਉਹਨਾਂ ਸਾਰਿਆਂ ਦੇ ਅਗੇਂਸਟ ਮੈਂ ਆਪਣਾ ਰਾਜ ਦਾਤੇ ਲਾਣਾ ਵੀ ਜੇ ਮੈਂ ਜਿੱਤ ਗਿਆ ਤਾਂ ਜੋ ਮੈਂ ਹੁਣ ਹੁੰਤਕ ਤੇ ਤੋਂ ਹਾਰੇ ਆ ਉਹ ਸਾਰਾ ਤੂੰ ਮੈਨੂੰ ਵਾਪਸ ਕਰ ਦੇਗਾ ਹੁਣ ਉਹਦੇ ਚ ਸਾਰੀਆਂ ਚੀਜ਼ਾਂ ਸ਼ਾਮਿਲ ਐ ਜਿਹ ਹੁਣ ਤੱਕ ਉਹ ਹਾਰੇ ਐ ਸ਼ੁਰੂ ਤੋਂ ਕਾਊਂਟ ਕਰ ਲੋ ਦੇਖੋ ਉਹਦੇ ਕੋਲੇ ਪਰਲਸ ਦੀ ਮਾਲਾ ਸੀ ਉਸ ਤੋਂ ਬਾਅਦ ਫਿਰ ਉਸਨੇ ਜਿਹੜੇ ਆਪਣੇ ਪਾਏ ਹੋਏ ਸੀ ਬਹੁਤ ਵਧੀਆ ਜਿਹੜੇ ਜੈਮਸ ਪਾਏ ਹੋਏ ਸੀ ਉਹ ਵੀ ਸੀਗੇ ਫਿਰ ਇੱਕੋ ਬਾਕੀ ਸੀਗੀ ਕੋੜਿਆਂ ਵਾਲੀ ਫਿਰ ਉਸ ਤੋਂ ਬਾਅਦ ਉਹਦੀਆਂ जरवेंट ससियां सी फिर उसके तो हूँ उसने अपनी पूरी जी है पिछले जी स्टेट दाते लाई है एलीफेंट्स वॉर वो तो सारिया चीज़ा बेटा याद करो वो सारे अगेंस्ट कि ला रहे हैं अपनी अपना राज ला रहे हैं अपनी किंगडम ला रहे हैं एक बार आप जर्ड्स हैं वो देख लें तो देखो ਆਈ ਥਿੰਕ ਇਕੋ ਹੀ ਵਰਡ ਆਇਆ ਸਲੈਂਟਲੀ ਸਲੈਂਟਲੀ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਸਾਇਲੈਂਟਲੀ ਜਾਂ ਗਲੂਮਿਲੀ ਚੁੱਪਚਾਪ ਜਦੋਂ ਉਹਦੇ ਭਰਾ ਬੈਠੇ ਨੇ ਪਰ ਕੁਝ ਬੋਲਦੇ ਨਹੀਂ ਤਾਂ ਉਸ ਨੂੰ ਕਿਹਾ ਗਿਆ ਵਾਪਸ ਆਨੇ ਆ ਜੀ 16 ਪੈਰਾ ਹੈ ਜੀ ਹੀ थ्रू द ਡਾਈਸ ਟੂ ਫੋਰਸ ਤਾਂ ਉਹ ਪਾਸੇ ਸੈਟ ਦਾ ਦੋ ਚਾਰ ਚਾਰ ਆਂਦੇ ਨੇ ਮਤਲਬ ਦੋਨਾਂ ਤੇ ਚਾਰ ਔਰ ਚਾਰ ਆਂਦੇ ਨੇ ਟੋਟਲ ਬਣ ਗਿਆ 8 ਸ਼ਕੂਨੀ ਬੀਟ ਹਿਮ ਵਾਈ 1 ਸ਼ਕੁਨੀ ਉਸ ਨੂੰ 1 ਪੁਆਇੰਟ ਨਾਲ ਹਰਾ ਦਿੰਦਾ ਹੈ ਮਤਲਬ ਸ਼ਕੁਨੀ ਕੋ ਲਾਉਂਦੇ ਨੇ ਨੋ ਸ਼ਕੁਨੀ ਫਿਰ ਜਿੱਤ ਜਾਂਦਾ ਹੈ ਯਾਨੀ ਕਿ ਆਪਣਾ ਰਾਜ ਵੀ ਹਾਰ ਗਿਆ ਹੁਣ ਜਿਹੜੀ ਉਹਦੀ ਕਿੰਗਡਮ ਹੈ ਜਿਸ ਰਾਜ ਦਾ ਉਹ ਰਾਜਾ ਸੀ ਉਹ ਵੀ ਹਾਰ ਗਿਆ ਲਾਇਕ ਅ ਟ੍ਰੈਪਡ ਐਨੀਮਲ ਹੀ ਗੇਜ਼ਡ ਵਾਇਲੈਂਟਲੀ ਅਰਾਊਂਡ ਵਾਈਲਡਲੀ ਅਰਾਊਂਡ ਇੱਕ ਜਿਵੇਂ ਬੱਚਿਓ ਜਾਨਵਰ ਨੂੰ ਟੱਪਾ ਟ੍ਰੈਪ ਕਰ ਲੈਣੇ ਉਹਨੂੰ ਪਿੰਜਰੇ 'ਚ ਬੰਦ ਕਰ ਲੈਣੇ ਉਹਨੂੰ ਟ੍ਰੈਪ ਕਰ ਲਿਆ ਤਾਂ ਉਹ ਫਿਰ ਜਾਨਵਰ ਜਿਹੜਾ ਵਿਚਾਰਾ ਦੇਖਦਾ ਹੈ wildly ਮਤਲਬ ਜੰਗ ਜੰਗਲੀ ਬਣ ਕੇ ਕਦੇ ਇੱਧਰ ਦੇਖਦਾ ਕਦੇ ਉੱਧਰ ਦੇਖਦਾ ਹੈ ਵਾਈਲਡਲੀ ਅਰਾਊਂਡ ਤੋਂ ਉਹ ਮੇਂ ਦੇਖਦਾ ਹੈ ਗੇਜ਼ ਦਾ ਮਤਲਬ ਹੁੰਦਾ ਝੱਕਣਾ ਦੇਖਣਾ ਘੂਰ ਕੇ ਦੇਖਣਾ ਉਹਨੂੰ ਆਪਾਂ ਗੇਜ਼ ਕਹਿੰਦੇ ਆ ਉਹ ਉਹ ਵੀ 트ੈਪਡ ਹੋਇਆ ਹੋਇਆ ਸਾਰਾ ਕੁਝ ਹਾਰ ਗਿਆ then his eyes rested on his brothers ਦੇਖੋ ਮਨ ਇਥੋਂ ਜਿਹੜੀ ਗੱਲ ਸਟਾਰਟ ਹੁੰਦੀ ਹੈ ਕਿ ਜੂਏ ਚ ਬੰਦਾ ਆਪਣੀਆਂ ਸਾਰੀਆਂ ਅਕਲ ਜੋ ਆਪਣੀ ਸਮਝ ਹੈ ਉਹ ਖਤਮ ਹੋ ਜਾਂਦੀ ਹੈ ਜ਼ੀਰੋ ਹੋ ਜਾਂਦੀ ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਸੋਚ ਰਹੇ ਹਾਂ ਕੀ ਕਰ ਰਹੇ ਹਾਂ ਇਦਾਂ ਦਾ ਇਨਸਾਨ ਹੋ ਜਾਂਦਾ ਹੈ ਤੇ ਯੁਦਿਸ਼ਠਿਰ ਇੱਕ ਬਹੁਤ ਹੀ ਸਿਆਣਾ ਇਨਸਾਨ ਸੀ ਲੇਕਿਨ ਉਹਦੀ ਹਾਲਤ ਦੇਖਿਓਨ ਕੀ ਹੋ ਰਹੀ ਉਸ ਦੀਆਂ ਅੱਖਾਂ ਹੁਣ ਕਿਸਤੇ ਪੈਂਦੀਆਂ ਆਪਣੇ ਭਰਾਵਾਂ ਵੱਲ ਤਾਂ ਉਹ ਕੀ ਕਹਿੰਦਾ ਸੀ ਰੋਗ ਦੇਖ ਬਦਮਾਸ਼ ਹੀ ਕ੍ਰੈਡੋ ਚੀਕਦਾ ਹੈ ਰੋਗ ਦਾ ਮਤਲਬ ਪਹਿਲਾਂ ਵੀ ਐਸੀ ਬਦਮਾਸ਼ ਔਨ ਦਾ ਪ੍ਰਿੰਸੈਸ ਆਰ ਜੁਐਲਸ ਵਰਥ ਕਰੋਰਸ ਇਹ ਮੇਰੇ ਰਾਜਕੁਮਾਰ ਹੈ ਜਿਹੜੇ ਮੇਰੇ ਮਤਲਬ ਭਰਾ ਨੇ ਇੱਥੇ ਪ੍ਰਿੰਸੈਸ ਕਿਹਨੂੰ ਕਿਹਾ ਗਿਆ ਰਾਜਕਮਾਰ ਉਹਦੇ ਚਾਰ ਭਰਾਵਾਂ ਨੂੰ ਕਿਹਾ ਗਿਆ ਤਾਂ ਉਹਨਾਂ ਦੇ ਉੱਪਰ ਜਿਹੜੇ ਜੁਵਲਸ ਨੇ ਉਹਦੇ ਕੱਪੜਿਆਂ ਤੇ ਜਿਹੜੇ ਜੁਵਲਸ ਲੱਗੇ ਹੋਏ ਨੇ ਹੀਰੇ ਜਹਰਾਤ ਲੱਗੇ ਹੋਏ ਨੇ ਗਹਿਣੇ ਲੱਗੇ ਹੋਏ ਨੇ ਉਹ ਕਰੋੜਾਂ ਦੇ ਨੇ ਵਰਥ ਕਰੋੜ ਕਰੋੜਾਂ ਦੇ ਨੇ ਆਲ ਥੀਸ ਆ ਰੇਜਰ ਫॉर ਮਾਈ ਕਿੰਗਡਮ ਹੁਣ ਦੇਖੋ ਪਿੱਛੇ ਜੋ ਆਪਣੀ ਕਿੰਗਡਮ ਆ ਰਹੀ ਹੈ अपना राज आ रहे है तो मैं अपनी किंगडम ਦੇ ਲਈ ਇਹ ਸਾਰੇ ਜਿਹੜੇ ਹੀਰੇ ਜਵਰਾਤ ਹੈ ਉਹਨਾਂ ਨੂੰ ਸਟੇਕ ਤੇ ਲਾਣਾ ਹੈ ਵੇਜ਼ਰ ਦਾ ਮਤਲਬ ਹੁੰਦਾ ਹੈ ਦੌ ਤੇ ਲਾਣਾ ਇਹਦਾ ਮਤਲਬ ਵੀ ਦੌ ਤੇ ਲੱਗਣਾ ਹੁੰਦਾ ਹੈ ਕਿ ਮੈਂ ਮੇਰੇ ਭਰਾਵਾਂ ਦੇ ਜਿਹੜੇ ਆਭੂਸ਼ਣ ਨੇ ਜਿਹੜੇ ਗਹਿਣੇ ਨੇ ਉਹ ਸਾਰੇ ਆਪਣੀ ਕਿੰਗਡਮ ਲਾਈਨ ਦੇ ਲਈ ਦੌ ਤੇ ਲਾਣਾ ਹੈ ਮਤਲਬ ਕਿ ਜੇ ਮੈਂ ਜਿੱਤ ਗਿਆ ਤਾਂ ਤੂੰ ਮੈਨੂੰ ਮੇਰੀ ਕਿੰਗਡਮ ਵਾਪਸ ਕਰੇਗਾ ਹੁੰਦਾ ਕੀ ਹੈ ਵਾਂਸ ਮੋਰ ਸ਼ਕੁਨੀ ਵਨ ਇਕਵਰੀ ਫੇਰ ਚ ਕੋ ਨਿੱਜ ਤੇ ਜਾਂਦਾ ਹੈ ਇਹਦਾ ਮਤਲਬ ਉਹ ਆਪਣੇ ਭਰਾਵਾਂ ਦੇ ਜਵ ਹੀਰੇ ਜਵਰਾਤ ਵੀ ਹਾਰ ਗਿਆ ਹੁਣ ਅਥੇ ਬਟਾ ਇਹ ਦੇਖਣ ਵਾਲੀ ਗੱਲ ਹੈ ਕਿ ਜਿਹੜੇ ਉਹਦੇ ਭਰਾਵਾਂ ਦੇ ਹੀਰੇ ਜਵਰਾਤ ਸੀਗੇ ਉਹ ਤਾਂ ਉਹਦੇ ਭਰਾਵਾਂ ਦੇ ਸੀ ਨਾ ਉਹ ਯੁਦਿਸ਼ਠਰ ਦੇ ਤਾਂ ਹੈ ਨਹੀਂ ਸੀ ਯੁਦਿਸ਼ਠਰ ਨੇ ਹੁਣ ਤੱਕ ਆਪਣੀਆਂ ਚੀਜ਼ਾਂ ਹਾਰੀਆਂ ਸੀ ਉਸ ਨੇ ਜੋ ਚੀਜ਼ਾਂ ਹੁਣ ਤੱਕ ਦੌਤੇ ਲਾਈਆਂ ਸੀ ਉਹ ਉਹਦੀਆਂ ਚੀਜ਼ਾਂ ਸੀ ਲੇਕਿਨ ਹੁਣ ਦੇਖੋ ਉਹਦੀ ਦਿਮਾਗ ਇੰਨਾ ਉਸ ਦਾ ਖਤਮ ਹੋ ਗਿਆ ਇੰਨਾ ਜ਼ਿਆਦਾ ਜੂਆ ਉਸ ਦੇ ਦਿਮਾਗ ਤੇ ਚੜ ਗਿਆ ਕਿ ਉਹ ਭਰਾਵਾਂ ਦੀਆਂ ਚੀਜ਼ਾਂ ਵੀ ਦੌਤੇ ਲਾਣ ਲੱਗ ਗਿਆ ਤੇ ਹਾਰ ਗਿਆ ਤੇ ਇੱਥੇ ਇੱਕ ਹੋਰ ਮਜ਼ੇਦਾਰ ਗੱਲ ਬੱਚੇ ਹੋਏ ਦੇਖਣ ਵਾਲੀ ਹੈ ਕਿ ਭਰਾ ਵੀ ਕੁਝ ਨਹੀਂ ਬੋਲ ਰਹੇ ਭਰਾਵਾਂ ਦੀਆਂ ਚੀਜ਼ਾਂ ਦੌਤੇ ਲੱਗ ਰਹੀਆਂ ਨੇ ਵੱਡਾ ਭਰਾ ਉਹਨਾਂ ਦਾ ਦੌਤਾ ਲਾ ਰਿਹਾ ਹੈ ਉਹਨਾਂ ਨੂੰ ਮਹਿਸੂਸ ਹੋ ਰਿਹਾ ਵੀ ਗਲਤ ਹੋ ਰਿਹਾ ਹੈ ਹੋਰ ਗਲਤ ਹੋ ਰਿਹਾ ਹੈ ਲੇਕਿਨ ਉਹ ਬੋਲ ਨਹੀਂ ਰਹੇ ਚੁੱਪ ਕਿਉਂ ਵੱਡੇ ਭਰਾ ਦੀ ਇੱਜ਼ਤ ਦੇਖੋ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਪੁਰਾਣੇ ਸਾਨੂੰ ਗ੍ਰੰਥਾਂ 'ਚ ਦੇਖਣ ਨੂੰ ਮਿਲਦੀਆਂ ਅੱਜ ਕੀ ਇੱਕ ਭਰਾ ਤੋਂ ਹਿਆਸ ਕੀਤੀ ਜਾ ਸਕਦੀ ਹੈ ਛੋਟੇ ਭਰਾ ਤੋਂ ਵੱਡੇ ਭਰਾ ਦੇ ਲਈ ਕਿ ਵੱਡਾ ਭਰਾ ਛੋਟੇ ਭਰਾ ਦੀ ਦੌਲਤ ਨੂੰ ਯੂਜ਼ ਕਰ ਲਵੇ ਤਾਂ ਛੋਟਾ ਭਰਾ ਅੱਖਾਂ ਦਾ ਖਾਨ ਲਾ ਜਾਂਦਾ ਪਹਿਲੀ ਗੱਲ ਤਾਂ ਉਹ ਹੁੰਦਾ ਹੀ ਨਹੀਂ ਇਸ ਤਰ੍ਹਾਂ ਉਹ ਖੋਣ ਹੀ ਨਹੀਂ ਦਿੰਦਾ ਐਵੇਂ ਮਤਲਬ ਇਹ ਚੀਜ਼ਾਂ ਸੋਚਣ ਵਾਲੀਆਂ ਨੇ ਕਿ ਪੁਰਾਣੇ ਲੋਕ ਕਿੰਨੀਆਂ ਫੈਮਿਲੀ ਵੈਲਿਊਜ਼ ਨੂੰ ਸਪੋਰਟ ਕਰਦੇ ਸੀ ਉਸ ਨੂੰ ਮੰਨਦੇ ਸੀ ਪਰ ਹੋਰ ਕਰਦੇ ਆ ਜੀ 17th ਹੈ ਵਿਦੁਰ ਹੀਅਰਿੰਗ ਥੈਟ ਯੁਦਿਸਥਰਾ ਹੈਡ ਸਟੇਕਡ ਐਂਡ ਲੋਸਟ ਇਵਨ ਹਿਸ ਕਿੰਗਡਮ ਕੇਮ ਬੈਕ ਇੰਟੂ ði ਹਾਲ ਵਾਂਸ ਮੋਰ ਅ ਵੀਦੂ ਸਾਨੂੰ ਪਤਾ ਬੱਚਿਓ ਜਿਹੜਾ ਉਹਦਾ ਮੰਤਰੀ ਇੱਕ ਵਾਰੀ ਚਲਾ ਗਿਆ ਸੀ ਲੇਕਿਨ ਉਸ ਨੂੰ ਫਿਰ ਖਬਰ ਮਿਲਦੀ ਹੈ ਹਿਅਰਿੰਗ ਉਹ ਸੁਣਦਾ ਹੈ ਕਿ ਯੁਦਿਸ਼ਠਰ ਨੇ ਦੌਧੇ ਲਾਈ ਸੀ ਸਟੇਕ ਦਾ ਮਤਲਬ ਦੌਧੇ ਲਾਈ ਸੀ ਅਤੇ ਇੱਕ ਹਾਰ ਗਿਆ ਇੱਥੋਂ ਤੱਕ ਕਿ ਆਪਣੀ ਆਪਣਾ ਕਿੰਗਡਮ ਵੀ ਹਾਰ ਗਿਆ ਆਪਣਾ ਰਾਜ ਵੀ ਹਾਰ ਗਿਆ ਤਾਂ ਫਿਰ ਉਹ ਇਹ ਸੁਣ ਕੇ ਵਾਪਸ ਆ ਜਾਂਦਾ ਦੇਖੋ ਸਿਆਣਾ ਬੰਦਾ ਸਿਆਣਾ ਹੁੰਦਾ ਕੇਮ ਬੈਕ ਉਹ ਵਾਪਸ ਆਂਦਾ ਇੰਟੂ ਦਾ ਹਾਲ ਹਾਲ ਦੇ ਵਿੱਚ ਪਹਿਲਾਂ ਚਲਾ ਗਿਆ ਸੀ ਹੁਣ ਉਹ ਵਾਪਸ ਆ ਗਿਆ ਵਾਂਸ ਮੋਰ ਇਕਵਰੀ ਫਿਰ ਐਂਡ ਬੈਗਡ ਦ੍ਰਿਤਰਾਸ਼ਟ੍ਰ ਟੂ ਸਟਾਪ ਦਾ ਮੈਚ ਤੇ ਦ੍ਰਿਤਰਾਸ਼ਟਰ ਨੂੰ ਇਕਵਰੀ ਫੇਰ ਉਹ ਬੈਗਿੰਗ ਕਰਦਾ ਨਿੱਕ ਤਰ੍ਹਾਂ ਨਾਲ ਉਸੋਂ ਪੀਖ ਮੰਗਦਾ ਹੈ ਇਹ ਗੱਲ ਦੀ ਕਿ ਤੂੰ ਮੈਚ ਨੂੰ ਬੰਦ ਕਰ ਦੇ ਦੇ ਕਿੰਨਾ ਜਲੂਸ ਨਿਕਲ ਰਿਹਾ ਹੈ ਇਹ ਤੂੰ ਬੰਦ ਕਰ ਦੇ ਬਟ ذریਤਰਾਸ਼ਟ ਹੂ واਜ਼ ਈਗਰਲੀ ਸਟ੍ਰੇਨਿੰਗ ਹਿਸ ਇਅਰਸ ਟੂ ਹੀਅਰ ਦਾ ਵਰਡ ਆਫ ਦਾ ਗੈਂਬਲਰਸ ਓਨਲੀ ਸੈਡ ਇੰਪੇਸ਼ੈਂਟਲੀ ਲੇਕਿਨ ਤ੍ਰਿਤਰਾਸ਼ਟ ਤਾਂ ਖੁਸ਼ ਆ ਦੇਖੋ ਅੰਦਰੋਂ ਕਿਉਂਕਿ ਉਹਦਾ ਮੁੰਡਾ ਜਿੱਤ ਰਿਹਾ ਹੈ ਜਿਹੜਾ ਆਪਣਾ ਬੇਟਾ ਜਿੱਤ ਰਿਹਾ ਹੈ ਜਿਹੜੇ ਉਹਦੇ ਮੂੰਹ ਬੋਲੇ ਬਾਕੀ ਜਿਹੜੇ ਉਹਦੇ ਬੱਚੇ ਨੇ ਜਿਹੜੇ ਉਹਦੇ ਆਪਣੇ ਨਹੀਂ ਹੈਗੇ ਉਹ ਹਾਰ ਰਹੇ ਨੇ ਤਾਂ ਉਹ ਤਾਂ ਆਪਣੇ ਕੰਨਾਂ ਨੂੰ ਉਸਨੇ ਲਾਇਆ ਹੋਇਆ ਹੈ ਗੈਂਬਲਰਸ ਦੀਆਂ ਗੱਲਾਂ ਸੁਣਨ ਦੇ ਲਈ ਈਅਰਸ ਟੂ ਹਿਅਰ ਦਾ ਵਰਡ ਆਫ ਦਾ ਗੈਂਬਲਰ ਜਿਹੜੇ ਜੂਏ ਕਿੰਨੀ ਗੱਲਾਂ ਚੱਲ ਰਹੀਆਂ ਉਹਨੂੰ ਬੜਾ ਮਜ਼ਾ ਆ ਰਿਹਾ ਬਿਕੋਜ਼ ਉਹ ਜਿੱਤ ਰਿਹਾ ਹੈ ਤਾਂ ਜਦੋਂ ਬੰਦਾ ਜਿੱਤਦਾ ਹੁੰਦਾ ਉਹ ਫਿਰ ਕਿਉਂ ਇਹੋ ਜੀ ਗੱਲ ਕਰੂਗਾ ਤੇ ਉਹ ਸਿਰਫ ਫਿਰ ਬੇਸਬਰਾ ਹੋ ਕੇ ਕਹਿੰਦਾ ਇੰਪੇਸ਼ੀਐਂਟਲੀ ਦਾ ਮਤਲਬ ਇੱਥੇ ਬੇਸਬਰਾ ਹੋ ਕੇ ਵਿਦੁਰ ਨੂੰ ਕਹਿੰਦਾ ਨੋ ਮੋਰ ਬ੍ਰਦਰ ਬਸ ਹੁਣ ਚੁੱਪ ਕਰ ਭਰਾ ਡੂ ਨਾਟ ਇੰਟਰਫੇਅਰ ਹੁਣ ਤੂੰ ਵਿੱਚ ਇੰਟਰਫੇਅਰ ਨਾ ਕਰ ਦਖਲਅੰਦਾਜ਼ੀ ਨਾ ਕਰ ਸਿੱਧਾ ਹੀ ਚੱਲ ਖਤਮ ਕਿ ਹੁਣ ਤੂੰ ਵਿੱਚ ਨਾ ਬੋਲ ਪਹਿਲਾਂ ਦੇਖੋ ਉਸ ਨੇ ਇਹ ਗੱਲ ਨਹੀਂ ਸੀ ਕਹੀ ਚੁੱਪ ਕਰਕੇ ਬੈਠਾ ਰਿਹਾ ਸੀ ਜਦੋਂ ਵਿਦੁਰ ਨੇ ਵਿਦੁਰ ਨੇ ਦੋ ਵਾਰੀ ਰਿਕੁਐਸਟ ਕੀਤੀ ਆਪਣੇ ਬ੍ਰਦਰ ਨੂੰ ਕਿ ਤੂੰ ਇਹ ਡਰਾਮਾ ਬੰਦ ਕਰ ਦੇ ਪਹਿਲੀ ਵਾਰੀ ਜਦੋਂ ਨੇ ਰਿਕੁਐਸਟ ਕੀਤੀ ਸੀ ਉਸ ਟਾਈਮ ਤ੍ਰਿਤਰਾਸ਼ਟਰ ਕੁਝ ਨਹੀਂ ਸੀ ਬੋਲਿਆ ਕੌਣ ਬੋਲਿਆ ਸੀ ਦੁਰਯੋਧਨ ਬੋਲਿਆ ਸੀ ਕਿ ਤੂੰ ਸੱਪ ਹੈ ਇਹ ਹੈ ਉਹ ਸਾਰੀਆਂ ਗੱਲਾਂ ਆਪਾਂ ਪੜ੍ਹੀਆਂ ਉਦੋਂ ਤ੍ਰਿਤਰਾਸ਼ਟ ਨਹੀਂ ਸੀ ਬੋਲਿਆ ਇਸ ਵਾਰੀ ਤ੍ਰਿਯੋਦਨ ਨੂੰ ਬੋਲਣ ਦੀ ਲੋੜ ਨਹੀਂ ਪਈ ਕਿਉਂਕਿ ਹੁਣ ਤੁਸੀਂ ਦੇਖੋ ਕਿ ਸ਼ਾਇਦ ਉਹ ਦਰਯੋਦਨ ਨੇ ਜੋ ਗੱਲਾਂ ਬੋਲੀਆਂ ਸੀ ਵਿਦੁਰ ਨੂੰ ਉਹ ਤ੍ਰਿਤਰਾਸ਼ਟ ਦੇ ਦਿਮਾਗ 'ਚ ਆ ਗਈਆਂ ਕਿ ਹਾਂ ਦਰਯੋਦਨ ਸਹੀ ਕਹਿ ਰਿਹਾ ਇਸ ਵਾਰੀ ਉਹਨੇ ਦਰਯੋਦਨ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਆਪ ਹੀ ਬੋਲਤਾ ਵੀ ਤੂੰ ਚੁੱਪ ਕਰ ਜਾ ਤੂੰ ਵਿੱਚ ਇੰਟਰਫੇਅਰ ਨਾ ਕਰ ਤਾਂ ਇੱਥੇ ਹੁਣ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜਾ ਤ੍ਰਿਤਰਾਸ਼ਟ ਸੀਗਾ ਉਹ ਕਿੰਨਾ ਜ਼ਿਆਦਾ ਆਪਣੇ ਪੁੱਤਰ ਮੋਹ ਦੇ ਵਿੱਚ ਅੰਨਾ ਹੋਇਆ ਹੋਇਆ ਸੀ ਕਿ ਉਸ ਨੂੰ ਨਹੀਂ ਸੀ ਦਿਖ ਰਿਹਾ ਕਿ ਹਾਂ ਉਹਦਾ ਪੁੱਤ ਜਿੱਤ ਰਿਹਾ ਹੈ ਉਸ ਨੂੰ ਮਜ਼ਾ ਆ ਰਿਹਾ ਹੈ ਇੱਕ ਵਾਰੀ ਫੇਰ ਆਪਾਂ ਬੇਟਾ ਇਸ ਦੇ ਵਰਡਸ ਦੇਖ ਲੈਣੇ ਆ ਤਾਂ ਗੇਜ਼ ਸ਼ਬਦ ਆ ਚੁੱਕਿਆ ਜੀ ਮੈਂ ਤੁਹਾਨੂੰ ਦੱਸਿਆ ਸੀ ਲੁੱਕ ਲੌਂਗ ਐਂਡ ਸਟੈਡਲੀ ਜਦ ਆਪਾਂ ਘੂਰ ਕੇ ਕਾਫੀ ਦੇਰ ਤੱਕ ਦੇਖਦੇ ਆ ਉਹਨੂੰ ਆਪਾਂ ਗੇਜ਼ ਕਹਿੰਦੇ ਆ ਵੇਜ਼ਰ ਪਹਿਲਾਂ ਦੱਸਿਆ ਸੀ ਮੈਂ ਜਦ ਆਪਾਂ ਪੈਸਾ ਦਾਤੇ ਲਾਣੇ ਆ ਤਾਂ ਉਸ ਨੂੰ ਆਪਾਂ ਵੇਜ਼ਰ ਕਹਿੰਦੇ ਆ ਸਟੂਡੈਂਟਸ ਮੈਂ ਪਲੱਸ 1 ਅਤੇ ਪਲੱਸ 2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ 바ਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀ ਟਾਈਪ ਕਰੋ ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਤੇ ਜਾ ਕੇ ਕਲਿੱਕ ਕਰੋ ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ ਵੀਡੀਓਸ ਤੇ ਕਲਿੱਕ ਕਰੋ ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ ਇਸ ਦੇ ਵਿੱਚ +1 +2 ਵਿਆ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਉਗੇ ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ ਇਸ ਤੇ ਤੁਸੀਂ ਜਾ ਕੇ ਜਦੋਂ ਵੀ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ ਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿਜ਼ਿਟ ਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ ਪੈਰਾ ਹੈ ਜੀ ਯੁਦਿਸ਼ਠਰ ਟਰਨਡ ਆਨ ਸ਼ਕੂਨੀ ਲਾਇਕਾ ਵੂਲਫ ਐਟ ਬੇ ਹੁਣ ਯੁਦਿਸ਼ਠਰ ਸ਼ਕੂਨੀ ਨੂੰ ਬੋਲਦਾ ਹੈ ਕਿਵੇਂ ਇੱਕ ਅਜਿਹਾ ਭੇੜਿਆ ਜੋ ਆਪਣੀ ਆਪ ਮਤਲਬ ਡਿਫੈਂਡ ਕਰਨਾ ਚਾਹੁੰਦਾ ਹੈ ਵੀ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ ਆ ਵੁਲਫ ਐਡ ਬੇ ਇੱਕ ਵਰਡ ਹੈ ਤੁਹਾਡੇ ਗਲੋਸਰੀ ਚ ਵੀ ਆਇਆ ਮੈਂ ਤੁਹਾਨੂੰ ਦਿਖਾਣਾ ਵੈਸੇ ਇੱਕ ਵਾਰੀ ਦਿਖਾਈ ਦੇਣਾ ਹੈ ਆ ਵੁਲਫ ਐਡ ਬੇ ਤੁਹਾਡੀ ਗਲੋਸਰੀ ਚ ਹੈ ਇਹਦਾ ਮਤਲਬ ਹੈ ਜੀ ਆ ਦੇਖੋ ਨਾਉਨ ਫਰੇਜ਼ ਹੈ ਇਹ ਆ ਵੁਲਫ ਐਡ ਬੇ ਦਾ ਮਤਲਬ ਹੈ ਵੁਲਫ ਡਿਫੈਂਡਿੰਗ ਇਟਸੈਲਫ ਇੱਕ ਕਪੇੜੀਆ ਜਿਹੜਾ ਆਪਣੇ ਆਪ ਨੂੰ ਬਚਾਉਂਦਾ ਹੈ ਤਾਂ ਉਹਨੂੰ ਆਪਾਂ ਆ ਵੁਲਫ ਐਡ ਬੇ ਕਹਿੰਦੇ ਆ ਤਾਂ ਇਹ ਆਇਆ ਜੀ ਇਸ ਵਾਰੀ ਤਾਂ ਯੁਦਿਸ਼ਠਰ ਇੱਕ ਅਜਿਹੇ ਪੜੀਆ ਵਰਗ ਹੈ ਜੋ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸਾਰਾ ਕੁਝ ਹਾਰ ਰਿਹਾ ਤੇ ਉਹ ਸ਼ਕੁਨੀ ਨੂੰ ਕੀ ਕਹਿੰਦਾ ਆਈ ਸਟਿਲ ਹੈਵ ਵੈਲਥ ਮੋਰ ਪ੍ਰੈਸ਼ੀਅਸ ਦੈਨ ਗੋਲਡ ਹੀ ਡਿਕਲੇਅਰਡ ਦੇਖੋ ਹਜੇ ਵੀ ਉਹਦੇ ਦਿਮਾਗ ਚ ਜੂਆ ਉਤਰਿਆ ਨਹੀਂ ਹੈ ਉਹ ਘੋਸ਼ਣਾ ਕਰਦਾ ਹੈ ਡਿਕਲੇਅਰ ਦਾ ਮਤਲਬ ਘੋਸ਼ਣਾ ਕਰਦਾ ਹੈ ਕਿ ਮੇਰੇ ਕੋਲ ਇਹ ਹਜੇ ਵੀ ਗੋਲਡ ਨਾਲੋਂ ਸੋਨੇ ਨਾਲੋਂ ਜ਼ਿਆਦਾ ਕੀਮਤੀ ਧਨ ਦੌਲਤ ਹੈ ਪ੍ਰੈਸ਼ੀਅਸ ਦਾ ਮਤਲਬ ਹੁੰਦਾ ਹੈ ਕੀਮਤੀ ਕਿ ਮੇਰੇ ਕੋਲੇ ਸੋਨੇ ਨਾਲੋਂ ਵੀ ਜ਼ਿਆਦਾ ਕੀਮਤੀ ਧਨ ਦੌਲਤ ਹੈ आई विल पे यू विद माय ब्रदर्स नकुल आई स्टेक फॉर माय किंगडम देखो इस टाइम वो पागल होया वे युधिष्ठिर ओनु कुछ नहीं समझ आ रहया कयो की करने जा रहया ते ओ पता है की कंदा कंदा मैं अपने भ्रा नकुल नु अपनी किंगडम दे लई स्टेक ते लाना है, दो ते लाना हुन त मैं दसा बेटा ए पांच भ्रा सिगे मतलब नु पहला भी दस्या सि युधिष्ठिर सब तो वड्डा सि उस तो बाद अर्जुन भीम नकुल सहदेव ए पांच भ्रा सिगे बेसिकली ਇਹ ਪੰਜੇ ਭਰਾ ਵੀ ਥੋੜਾ ਮੈਂ ਦੱਸ ਦਿੰਨਾ ਕਿ ਜਿਹੜੇ ਤਿੰਨ ਸੀਗੇ ਅਰਜੁਨ ਪੀਮ ਤੇ ਯੁਦਿਸ਼ਤਰ ਇਹ ਕੋ ਮਦਰ ਤੋਂ ਸੀ ਕੁੰਤੀ ਤੋਂ ਇਹਨਾਂ ਦੀ ਮਾਤਾ ਦਨਾ ਕੁੰਤੀ ਸੀ ਇਹ ਪਾਂਡੂ ਦੀ ਐਕਚੁਅਲੀ ਤੁਹਾਨੂੰ ਪਤਾ ਨਾ ਕਿ ਪਾਂਡੂ ਦਾ ਪਾਂਡੂ ਦੇ ਬੇਟੇ ਸੀਗੇ ਤਾਂ ਪਾਂਡੂ ਦੀਆਂ ਦੋ ਪਤਨੀਆਂ ਸੀ ਇੱਕ ਸੀ ਕੁੰਤੀ ਇੱਕ ਸੀ ਮਾਦਰੀ ਤਾਂ ਕੁੰਤੀ ਦੇ ਤਿੰਨ ਬੇਟੇ ਸੀਗੇ ਯੁਦਿਸ਼ਤਰ ਅਰਜੁਨ ਤੇ ਪੀਮ ਜਿਹੜੀ ਮਾਦਰੀ ਸੀ ਉਹਦੇ ਦੋ ਬੱਚੇ ਸੀ ਨਕੂਲ ਔਰ ਸਹਦੇਵ ਤਾਂ ਹੁਣ ਉਹ ਆਪਣੇ ਜਿਹੜਾ ਭਰਾ ਐ ਐਕਚੁਅਲੀ ਇੱਕ ਤਰ੍ਹਾਂ ਦਾ ਉਹਦਾ ਮਤਰੀਆ ਭਰਾ ਐ ਨਕੁੱਲ ਉਸ ਨੂੰ ਉਹ ਦੌਤੇ ਲਾ ਦਿੰਦਾ ਵਾਂਸ ਮੋਰ ਦਾ ਡਾਈਸ ਫੈਲ ਅਗੇਂਸਟ ਹਿਮ ਇਕਵਰੀ ਫੇ ਜਿਹੜੇ ਪਾਸੇ ਉਹਨੂੰ ਸਾਥ ਛੱਡ ਦਿੰਦੇ ਨੇ ਫੈਲ ਅਗੇਂਸਟ ਹਿਮ ਉਹਦੇ ਅਗੇਂਸਟ ਗਿਰਦੇ ਨੇ ਫਿਰ ਉਹ ਕੀ ਕਹਿੰਦਾ ਕਰਸ ਔਨ ਯੂ ਹੀ ਕ੍ਰਾਈਡ ਫਿਰ ਉਹ ਉੱਚੀ ਦਨੇ ਬੋਲਦਾ ਚੀਕਦਾ ਕਿ ਤੇਰਾ ਕੁਛ ਨਾ ਰਹੇ ਤੇਰਾ ਕੱਖ ਨਾ ਰਹੇ ਆਪਾਂ ਜਿਵੇਂ ਪੰਜਾਬੀ ਚ ਕਹਿੰਨੇ ਆ ਤਾਂ ਕਰਸ ਔਨ ਯੂ ਹੇਰ ਇਸ ਸਹਦੇਵ ਦੂਜੇ ਫਿਰ ਫਿਰ ਕੀ ਕਰਦਾ ਫਿਰ ਉਹ ਸਹਦੇਵ ਨੂੰ ਦੌਤੇ ਲਾ ਦਿੰਦਾ i stake sahdev against nakul and my kingdom mai sahdev nu nakul ate apne raj de against daute lana matlab je mai jit gaya ta tu mera raj te nakul wapas kar dega nahi sahdev jit lenga hun tusi dekho apne dove bhra nu daute la dinda pehla nakul haraya hun sahdev bilaya he lost again fir har janda sahdev bhi haar gaya a murmur went round the pavilion hun pavilion shabd toadi glossary ch aaya pavilion da matlab hunda hai ਕਿ ਸਪੋਜ਼ ਕਰੋ ਆਪਾਂ ਕੋਈ ਬਟਾ ਮੈਚ ਦੇਖ ਰਹੇ ਹੋਈਏ ਤਾਂ ਮੈਚ ਦੇ ਆਲੇ ਦੁਆਲੇ ਲੋਕਾਂ ਦੇ ਬੈਠਣ ਲਈ ਜਿਹੜਾ ਜਗ੍ਹਾ ਹੁੰਦੀ ਹੈ ਨਾ ਉਸ ਨੂੰ ਆਪਾਂ ਪੈਵਿਲਿਅਨ ਕਹਿੰਦੇ ਆ ਆ ਦੇਖੋ ਬਿਲਡਿੰਗ ਨੈਕਸਟ ਟੂ ਦਾ ਪਲੇਗਰਾਉਂਡ ਫॉर ਸਪੈਕਟੇਟਰਸ ਐਂਡ ਪਲੇਅਰਸ ਸਪੈਕਟੇਟਰਸ ਮਤਲਬ ਦਰਸ਼ਕ ਦਰਸ਼ਕਾਂ ਦੇ ਲਈ ਬੈਠਣ ਲਈ ਜਿਹੜੀ ਜਗ੍ਹਾ ਹੁੰਦੀ ਹੈ ਸੀ ਉਸ ਨੂੰ ਪੈਵਿਲਿਅਨ ਕਹਿੰਦੇ ਆ ਬਟ ਨੋ ਵਨ ਸਪੋਕ ਕਹਿੰਦੇ ਇੱਕ ਜਿਹੜੀ ਪੈਵਿਲਿਅਨ ਚ ਸਾਰੇ ਬੰਦੇ ਬੈਠੇ ਸੀ ਆਲੇ-ਦੋਲੇ ਸਾਰੇ ਇਕੱਠੇ ਬੈਠੇ ਸੀ ਤੁਹਾਨੂੰ ਪਤਾ ਨਾ ਇਹ ਕਚਹਿਰੀ ਦੇ ਵਿੱਚ ਸਾਰਾ ਡਰਾਮਾ ਚੱਲ ਰਿਹਾ ਸੀ ਦਰਬਾਰ ਦੇ ਵਿੱਚ ਤਾਂ ਇੱਕ ਮਰਮਰ ਮਰਮਰ ਦਾ ਮਤਲਬ ਹੈ ਕਿ ਫੁਸਫੁਸਾਹਟ ਜਦ ਆਪਾਂ ਕੰਨਾਫੁਸੀ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਤਾਂ ਕੰਨਾਫੁਸੀ ਚੱਲ ਪੈਂਦੀ ਹੈ ਵੀ ਦੇਖੋ ਇਹਨੇ ਆਪਣੇ ਭਰਾ ਤੇ ਭਰਾ ਵੀ ਦੋਤੇ ਲਾਤੇ ਪਰ ਬੋਲਿਆ ਕੋਈ ਨਹੀਂ ਨੋ ਵਨ ਸਪੋਕ ਕੰਨਾਫੁਸੀ ਹੋ ਰਹੀ ਹੈ ਉੱਚੀ ਦਿਨੇ ਕੋਈ ਨਹੀਂ ਬੋਲੇ ਐਥੇ ਬੇਟਾ ਨਾ ਇੱਕ ਗੱਲ ਸਮਝਣ ਵਾਲੀ ਹੈ ਕਿ ਇਹ ਨਾ ਕੁਐਸਚਨ ਉੱਠਦੇ ਨੇ ਕਿ 유ਦਿਸ਼્ਤਰ ਨੇ ਨਕੁਲ ਜਾਂ ਸਹਦੇਵ ਨੂੰ ਦੌਤੇ ਕਿਉਂ ਲਾਇਆ ਪਹਿਲਾਂ ਕੀ ਉਹ ਭੀਮ ਨੂੰ ਨਹੀਂ ਲਾ ਸਕਦਾ ਜਿਹੜਾ ਉਹਦਾ ਰੀਅਲ ਬ੍ਰਦਰ ਸੀ ਕੀ ਉਹ ਅਰਜੁਨ ਨੂੰ ਨਹੀਂ ਲਾ ਸਕਦਾ ਜਿਹੜਾ ਉਹਦਾ ਰੀਅਲ ਬ੍ਰਦਰ ਸੀ ਇਹ ਕਈ ਕੁਐਸਚਨਿੰਗ ਹੁੰਦੀ ਹੈ ਇਹ ਮਹਾਭਾਰਤ ਚ ਚਲੋ ਇਹ ਮੈਂ ਤੁਹਾਨੂੰ ਵੈਸੇ ਦੱਸ ਦਿੰਦਾ ਕਿਉਂਕਿ 유ਦਿਸ਼્ਤਰ ਜਿਹੜਾ ਸੀਗਾ ਨਾ ਉਹ ਆਪਣੇ ਕਦੇ ਉਸਨੇ ਸਮਝਿਆ ਨਹੀਂ ਸੀਗਾ ਕਿ ਨਕੁਲ ਮੇਰਾ ਰੀਅਲ ਬ੍ਰਦਰ ਨਹੀਂ ਹੈ ਜਾਂ ਸਹਦੇਵ ਮੇਰਾ ਰੀਅਲ ਬ੍ਰਦਰ ਨਹੀਂ ਸੀ ਇਵਨ ਕਿ ਜੇ ਤੁਸੀਂ ਮਹਾਭਾਰਤ ਪੜ੍ਹੋ ਤਾਂ 유ਦਿਸ਼્ਤਰ ਦਾ ਸਭ ਤੋਂ ਜ਼ਿਆਦਾ ਪਿਆਰ ਨਕੁਲ ਤੇ ਸਹਦੇਵ ਨਾਲ ਸੀ ਉਹ ਹਰ ਗੱਲ ਦੇ ਵਿੱਚ ਨਕਲ ਤੇ ਸਹਿਦੇਵ ਨੂੰ ਅੱਗੇ ਰੱਖਦਾ ਹੁੰਦਾ ਸੀ ਤਾਂ ਇੱਥੇ ਇਹ ਗੱਲ ਫਜ਼ੂਲ ਹੈ ਸੋਚਣੀ ਕਿ ਯੁਦਿਸ਼ਤਰ ਨੇ ਆਪਣੇ ਸਾਰੇ ਭਰਾਵਾਂ ਦੀ ਥਾਂ ਤੇ ਪਹਿਲਾਂ ਆਪਣੇ ਮਤਰੀਆਂ ਭਰਾਵਾਂ ਨੂੰ ਦੌਤੇ ਕਿਉਂ ਲਾਇਆ ਅੱਗੇ ਹੈ ਜੀ 19th ਪੈਰਾ ਨਾਊ ਐਟ ਲਾਸ ਯੁਦਿਸ਼ਤਰਸ ਪ੍ਰਾਊਡ ਹੈਡ ਡ੍ਰੌਪਡ ਹਨ ਹਿਸ ਬ੍ਰੈਸਟ ਕਹਿੰਦੇ ਹੁਣ ਅਖੀਰ ਯੁਦਿਸ਼ਤਰ ਦਾ ਜਿਹੜਾ ਪਰਾਉਡ ਹੈਡ ਸੀ ਜਿਹੜਾ ਹੁਣ ਤੱਕ ਉਹਦਾ ਸਿਰ ਬੜਾ ਉੱਚਾ ਹੋਇਆ ਹੋਇਆ ਸੀ ਕਿ ਮੇਰੇ ਕੋਲ ਤਾਂ ਬੜੀ ਧਨ ਦੌਲਤ ਹੈ ਮੈਂ ਤਾਂ ਰਾਜਾ ਹਾਂ ਹੁਣ ਉਸ ਦੀ ਛਾਤੀ ਤੇ ਗਿਰ ਗਿਆ ਮਤਲਬ ਉਹਦਾ ਸਿਰ ਹੁਣ ਝੁਕ ਗਿਆ ਪ੍ਰੈਸ ਦਾ ਮਤਲਬ ਛਾਤੀ ਹੁੰਦਾ ਹੈ ਹੀ ਵਾਸ ਵੈਰੀ on very very فرق ਹੈ ਤਾਂ ਹੁਣ ਉਹ ਬਹੁਤ ਜ਼ਿਆਦਾ ਥੱਕ ਚੁੱਕਿਆ ਸੀ ਵੈਰੀ ਦਾ ਮਤਲਬ ਹੁੰਦਾ ਹੈ ਮਤਲਬ ਥਕਣਾ ਬਹੁਤ ਜ਼ਿਆਦਾ ਥੱਕ ਗਿਆ ਸੀਗਾ ਹਾਰਦਾ ਜਾ ਰਿਹਾ ਹੈ ਸ਼ੁਰੂ ਤੋਂ ਲੈ ਕੇ ਸ਼ਕੂਨੀ ਸੋ ਦੈਟ ਹੀ ਮਸਟ ਬੀ ਰਾਉਸਡ ਅਗੇਨ ਟੂ ਐਂਗਰ ਹੁਣ ਦੇਖੋ ਸ਼ਕੂਨੀ ਨੂੰ ਲੱਗਿਆ ਕਿ ਹੁਣ ਇਹ ਹੁਣ ਇਹਦਾ ਹੰਕਾਰ ਜਾ ਢਲ ਗਿਆ ਹੁਣ ਇਹ ਗੁੱਸੇ ਚ ਨਹੀਂ ਹੈਗਾ ਤਾਂ ਉਹਨੇ ਸੋਚਿਆ ਕਿ ਇਸ ਨੂੰ ਫੇਰ ਆਪਾਂ ਗੁੱਸੇ ਚ ਲਿਆਈ ਹੀ ਮਸਟ ਬੀ ਰਾਉਜ਼ਡ ਰਾਉਜ਼ ਦਾ ਮਤਲਬ ਪਹਿਲਾਂ ਵੀ ਆਇਆ ਸੀ ਕਿ ਇਸ ਨੂੰ ਆਪਾਂ ਉਕਸਾਈਏ ਤਾਂ ਕਿ ਇਹ ਗੁੱਸੇ ਚ ਆਵੇ ਕਿਉਂਕਿ ਹੁਣ ਉਹਦਾ ਗੁੱਸਾ ਠੰਡਾ ਜਾ ਪੈ ਗਿਆ ਨਾ ਜਦੋਂ ਦੋਪਰਾ ਹਾਰ ਗਿਆ ਆਪਣੇ ਐਂਡ ਹੀ ਮੇਡ ਅ क्रੂਅਲ ਕਨਿੰਗ ਸਪੀਚ ਅਤੇ ਫਿਰ ਉਸਨੇ ਇੱਕ ਜ਼ਾਲਿਮ ਤੇ ਬੜੀ ਕਨਿੰਗ ਧੋਖੇ ਦੇਣ ਵਾਲੀ ਇੱਕ ਸਪੀਚ ਕੀਤੀ ਬੜੀ ਕਪਟੀ ਜੀ ਸਪੀਚ ਕੀਤੀ ਉਸਨੇ ਕਿਉਂਕਿ ਸ਼ਕੁਨੀ ਨੇ ਦੇਖ ਲਿਆ ਵੀ ਹੁਣ ਇਹਦਾ ਗੁੱਸਾ ਜਾ ਢਲ ਗਿਆ ਹੁਣ ਇਹ ਸੋਚਣਾ ਸ਼ੁਰੂ ਕਰ ਦੂਗਾ ਸਹੀ ਸੋਚਣਾ ਤਾਂ ਇਹ ਤਾਂ ਗੱਲ ਸਾਡੇ ਫਿਰ ਗਲਤ ਹੋਗੀ ਤਾਂ ਹੁਣ ਉਹ ਕੀ ਕਰ ਰਿਹਾ ਉਸ ਨੂੰ ਫੇਰ ਉਕਸਾ ਰਿਹਾ ਤਾਂ ਕੀ ਬੋਲਦਾ ਵੀਮਿਚ ਨਕੁਲ ਐਂਡ ਸਹਿਦੇਵ ਆਰ ਮਾਈਂਡ ਹੀ ਸੈਡ ਤਾਂ ਉਹ ਚਕੁਨੀ ਕਹਿੰਦਾ ਕਿ ਨਕੁਲ ਤੇ ਸਹਿਦੇਵ ਤਾਂ ਹੁਣ ਮੇਰੇ ਹੋਗੇ ਮੇਰੇ ਦਾਸ ਬਣ ਕੇ ਬਟ ਆਫਟਰ 올 ਦੇ ਆਰ ਦਾ ਸਨਸ ਆਫ ਮਾਦਰੀ ਪਰ ਅ ਹੀਰੋ ਜਿਹੜੇ ਮਾਦਰੀ ਦੇ ਬੱਚੇ ਨੇ ਮਾਦਰੀ ਉਹਨਾਂ ਤੇ ਮਾਦਰੀ ਦੇ ਉੱਪਰ 4 ਨੰਬਰ ਵੀ ਪਾਇਆ ਮੈਂ ਤੁਹਾਨੂੰ 10 ਵੀ ਦਿੰਨਾ ਹੈ نیچے ਦੇਖੋ ਲਿਖਿਆ ਹੋਇਆ ਹੈ ਅਲੀਕਾ ਵੈਕ ਕਿ ਯੁਦਿਸ਼ਠਿਰਸ ਫਾਦਰ ਪੰਡੂ ਹੈਡ 2 ਵਾਈਸ ਦੋ ਪਤਨੀਆਂ ਸੀ ਪੰਡੂ ਦੀਆਂ ਕੁੰਤੀ ਤੇ ਮਾਦਰੀ ਯੁਦਿਸ਼ਠਰ ਬੀਮ ਤੇ ਅਰਜੁਨ ਵਰ ਸਨ ਵਰ ਬੋਨ ਆਫ ਵੂਮਬ ਆਫ ਕੁੰਤੀ ਤਾਂ ਕੁੰਤੀ ਤੋਂ ਪੈਦਾ ਹੋਏ ਸੀ ਇਹ ਤਿੰਨੇ ਅਤੇ ਨਕੂਲ ਸਹਿਦੇਵ ਵਰ ਮਾਦਰੀਜ਼ ਸਨਸ ਤੇ ਮਾਦਰੀ ਦੇ ਬੱਚੇ ਸੀ ਹੁਣ ਦੇਖੋ ਉਸ ਨੂੰ ਕਿਵੇਂ ਓਕਸਾਰੇ ਹੈ ਕਹਿੰਦਾ ਵੀ ਨਕੂਲ ਤੇ ਸਹਿਦੇਵ ਤਾਂ ਮਾਦਰੀ ਦੇ ਬੱਚੇ ਸੀ ਨੋਟ ਦਾ ਸਨਸ ਆਫ ਕੁੰਤੀ ਤੇਰੀ ਮਾਂ ਕੁੰਤੀ ਦੇ ਤਾਂ ਬੱਚੇ ਹੋ ਹੈ ਨਹੀਂ ਸੀ ਪਰ ਹੈਪਸ ਯੂ ਡੇਅਰ ਨਾਟ ਰਿਸਕ ਅਰਜੁਨ ਐਂਡ ਭੀਮ ਸ਼ਾਇਦ ਐਸੇ ਕਰਕੇ ਤੂੰ ਅਰਜੁਨ ਤੇ ਭੀਮ ਨੂੰ ਦੌਤੇ ਨਹੀਂ ਲਾ ਰਿਹਾ ਉਹਨਾਂ ਨੂੰ ਲਾਤਾ ਆਪਣੇ ਮਤਰੇ ਭਰਾ ਸੀ ਮਤਰੇ ਭਰਾ ਨੂੰ ਦੌਤੇ ਲਾਤਾ ਸਗੇ ਭਰਾਵਾਂ ਨੂੰ ਨਹੀਂ ਲਾ ਰਿਹਾ ਦੇਖੋ ਹੁਣ ਉਹ ਇਹ ਗੱਲ ਯੁਦਿਸ਼ਠਨ ਨੂੰ ਕਹਿ ਰਿਹਾ ਉਹਨੂੰ ਉਕਸਾ ਰਿਹਾ ਹੈ ਤਾਂ ਉਹ ਕੰਮ ਚਾਲ ਚੱਕ کامیاب ਹੋ ਜਾਂਦਾ ਦਾ ਵਰਡ ਸਟੰਗ ਯੁਦਿਸ਼ਠਾ ਲਾਈਕ ਅ ਪੋਇਜ਼ਨਡ ਐਰੋ ਹੁਣ ਇਹ ਜਿਹੜੇ ਸ਼ਬਦ ਨੇ ਇਹ ਯੁਦਿਸ਼ਠਾ ਨੂੰ ਡੰਗ ਮਾਰਦ ਨੇ ਸਟੰਗ ਸ਼ਬਦ ਪਹਿਲਾਂ ਵੀ ਆਇਆ ਸੀ ਡੰਗ ਮਾਰਦ ਨੇ ਜਿਵੇਂ ਇੱਕ ਜ਼ਹਿਰ ਭੁਜਿਆ ਜ਼ਹਿਰ ਨਾਲ ਥੋੜਾ ਜਿਹਾ ਲੱਗਿਆ ਹੋਇਆ ਤੀਰ ਆ ਕੇ ਕਿਸੇ ਨੂੰ ਲੱਗਦਾ ਹੈ ਪాయిਜ਼ਨ ਪాయిਜ਼ਨ ਦਾ ਮਤਲਬ ਕੀ ਹੁੰਦਾ ਹੈ ਜ਼ਹਿਰ ਤਾਂ ਪੁਰਾਣੇ ਜ਼ਮਾਨੇ 'ਚ ਬੱਚੇ ਉਹ ਲੋਕਾਂ ਨੂੰ ਮਾਰਨ ਦੇ ਲਈ ਇੱਕ ਜ਼ਹਿਰ ਭੁਜਿਆ ਤੀਰ ਵੀ ਲਾਇਆ ਜਾਂਦਾ ਸੀ ਤੀਰ ਦੇ ਬਿਲਕੁਲ ਨੋਕ ਤੇ ਨਾ ਥੋੜੀ ਜ਼ਹਿਰ ਲਾ ਦਿੱਤੀ ਜਾਂਦੀ ਸੀ ਤਾਂ ਕਿ ਬੰਦਾ ਬਚੇ ਹੀ ਨਾ ਤਾਂ ਪాయిਜ਼ਨ ਐਰੋ ਵਰਗਾ ਹੀ ਲੱਗੇ ਉਸ ਦੇ ਸ਼ਬਦ ਯੂ ਬਲੈਕ ਹਾਰਟਿਡ ਵਿਲਨ ਹੀ ਕ੍ਰਾਈਡ ਤਾਂ ਹੁਣ ਯੁਦਿਸ਼ਥਰ ਚੀਕ ਕੇ ਕਹਿੰਦਾ ਹੈ ਕਹਿੰਦਾ ਤੂੰ ਕਾਲੇ ਦਿਲ ਵਾਲਾ ਬਦਮਾਸ਼ ਇਨਸਾਨ how dare you seek to divide me from those i love teri himmat kivein pai how dare teri himmat kivein pai mainu ohna nalo juda karan de vich jinna nu main pyar karda hai you seek to divide me tu mainu divide karni koshish kar rahe hai ke main apne bhraan nu apne matriyan bhraan nu chahnda ni is karke main daut te lagda tu eh keh rahe hai i despise your tricks main teriyan jediyan chaalan nu krina karda hai despise da matlab nafrat karna main teriyan jediyan chaalan ne ट्रिक्स ने उन्हें नफरत करता है आई स्टेक द हीरो अर्जुन टू विन बैक माय ब्रदर्स एंड माय किंगडम ता मैं अपने हीरो अर्जुन नु दौत ऐलान है ताकि मैं अपने भ्रावां ate अपनी किंगडम नु जित लवा यानी के जे अर्जुन आ, जे अर्जुन मतलब जे जेड़ा उन्हें अर्जुन नु दौत लायक जे जित जांदा है ता फिर उस दे दोने परा नकुल सहदेव ते उदी जेडी राज है वापस मिलजूगा द दा डाइज फेल एंड शकुनि वन ता होना दा ओही है पासे ता पहली ਟੈਂਪਰਡ ਨੇ ਤਾਂ ਪਾਸੇ ਗਿਰਦੇ ਨੇ ਸ਼ਕੂਨੀ ਜਿੱਤ ਜਾਂਦਾ ਯੂ ਹੈਵ 1 ਬ੍ਰਦਰ ਲੈਫਟ ਹੀ ਸੈਡ ਉਹ ਫੇ ਸ਼ਕੂਨੀ ਦੇਖੋ ਉਹਨੂੰ ਚੱਕਦਾ ਉਸੰਦ ਕਹਿੰਦਾ ਤੇਰੇ ਕੋਲੇ ਹੁਣ ਇੱਕ ਭਰਾ ਰਹਿ ਗਿਆ ਵਿਲ ਯੂ ਸਟੇਕ ਦਾ ਮਾਈਟੀ ਭੀਮ ਕੀ ਤੂੰ ਸ਼ਕਤੀਸ਼ਾਲੀ ਭੀਮ ਨੂੰ ਦੌਤੇ ਲਾਏਗਾ ਮਾਈਟੀ ਦਾ ਮਤਲਬ ਤਾਕਤਵਰ ਸ਼ਕਤੀਸ਼ਾਲੀ ਤੁਹਾਨੂੰ ਪਤਾ ਹੈ ਭੀਮ ਤਾਂ ਕਾਫੀ ਸ਼ਕਤੀਸ਼ਾਲੀ ਇਨਸਾਨ ਸੀ ਆਈ ਸਟੇਕ ਹਿਮ ਕਹਿੰਦਾ ਮੈਂ ਉਹਨੂੰ ਵੀ ਦੌਤੇ ਲਾਣਾ ਅਨਸਰਡ ਯੁਦਿਸ਼ਤਰ ਐਂਡ ਸ਼ਕੂਨੀ ਵਨ ਅਗੇਨ ਅਦੇਸ਼ਕੂਨੀ ਫੇਖ ਜਿੱਤ ਜਾਂਦਾ ਆਪਣੇ ਚਾਰੇ ਪਰਾ ਹਾਰ ਜਾਂਦਾ ਜੂਏ ਚ ਉਹ ਚਾਰੇ ਪਰਾ ਕਿਦੇ ਦਾਸ ਬਣ ਜਾਂਦੇ ਨੇ ਦਰਯੋਦਨ ਦੇ ਇੱਕ ਵਾਰੀ ਫੇਰ ਜੀ ਆਪਾਂ ਵਰਡਸ ਦੇਖ ਲਈਏ ਤਾਂ 16ਵੇਂ ਚ ਇੱਕੋ ਹੀ ਆਇਆ ਵੇਰੀ ਵੇਰੀ ਟਾਇਰ ਬਹੁਤ ਜ਼ਿਆਦਾ ਥੱਕਿਆ ਹੋਇਆ ਉਸ ਨੂੰ ਆਪਾਂ ਵੇਰੀ ਕਹਿੰਦੇ ਆ 10 ਮਿੰਟ ਰਹਿ ਗਏ ਜੀ ਕੋਸ਼ਿਸ਼ ਕਰਦੇ ਆ ਆਈ ਥਿੰਕ ਲਾਸਟ ਪੈਰਾ ਹੀ ਹੈ ਇਹ ਤੇ 21st ਯੂ ਹੈਵ ਨਾਥਿੰਗ ਲੈਫਟ ਨਾਓ ਕਹਿੰਦੇ ਤੇਰੇ ਕੋਲੇ ਹੁਣ ਕੁਝ ਨਹੀਂ ਬਚਿਆ ਗ੍ਰੇਟ ਕਿੰਗ ਮਹਾਨ ਰਾਜੇ ਫੇਰ ਦੇਖ ਲਓ ਉਹਨੂੰ ਗ੍ਰੇਟ ਕਿੰਗ ਕਹਿ ਰਿਹਾ ਹਾਲਾਂਕਿ ਹੁਣ ਕਿੰਗ ਤਾਂ ਰਹਾ ਨਹੀਂ ਕਿੰਗਡਮ ਤਾਂ ਹਥਿਆਲ ਹੀ ਲੇਕਿਨ ਉਹ ਇਹਨਾਂ ਸ਼ਕੁਨੀ ਦੀ ਸਾਰੀ ਚਾਲ ਹੈ ਇਹ ਤੇਰੇ ਕੋਲ ਤਾਂ ਹੁਣ ਕੁਝ ਨਹੀਂ ਬਚਿਆ ਹੀ ਸੈਡ ਉਸਨੇ ਕਿਹਾ ਅਵਰ ਗੇਮ ਮਸਟ ਐਂਡ ਸਾਡੀ ਗੇਮ ਹੁਣ ਖਤਮ ਹੋਣੀ ਚਾਹੀਦੀ ਹੈ 노 ਸ਼ਾਊਟਡ ਯੁਦਿਸ਼ਤਰ ਯੁਦਿਸ਼ਤਰ ਕਹਿੰਦਾ ਨਹੀਂ ਚਿਲਾ ਕੇ ਬੋਲਦਾ ਹੈ ਆਈ ਸਟੇਕ ਮਾਈਸੈਲਫ ਕਿ ਮੈਂ ਆਪਣੇ ਆਪ ਨੂੰ ਹੁਣ ਦੌਤੇ ਲਾਣਾ ਹੈ ਚਲੋ ਜੀ ਵਾਂਸ ਮੋਰ ਦਾ ਡਾਈਸ ਵਰ ਥਰੋਨ ਇਕਵਰੀ ਫੇਰ ਪਾਸੇ ਸਿੱਟੇ ਜਾਂਦੇ ਨੇ ਆ 2 ਐਂਡ ਆ 3 ਫੋਰ ਯੁਦਿਸ਼ਤਰ 2 ਅਤੇ 3 ਆਂਦੇ ਆ ਯੁਦਿਸ਼ਤਰ ਲਈ ਬਣੇ 5 ਐਂਡ 6 4 ਸ਼ਕੁਨੀ ਸ਼ਕੁਨੀ ਦੇ ਬਣ ਗਏ 11 ਜਿੱਤ ਗਿਆ ਜੀ ਯੁਦਿਸ਼ਤਰ ਵੀ ਹਾਰ ਗਿਆ ਉਹ ਵੀ 10 ਬਣ ਗਿਆ ਦਾ ਸਪੈਕਟੇਟਰਸ ਵਰ ਸਾਇਲੈਂਟ ਹੁਣ ਜਿਹੜੇ ਸਪੈਕਟੇਟਰਸ ਦਾ ਮਤਲਬ ਦਰਸ਼ਕ ਜਿਹੜੇ ਆਲੇ ਦੋਲੇ ਸਾਰੇ ਦਰਸ਼ਕ ਬੈਠੇ ਨੇ ਉਹ ਫੇਰ ਸਾਇਲੈਂਟ ਨੇ ਚੁੱਪਚਾਪ ਦੇਖ ਰਹੇ ਨੇ ਫੋਰ ਥਿਸ ਵਾਸ ਟ੍ਰੈਜੇਡੀ ਕਹਿੰਦੇ ਇਹ ਇੱਕ ਟ੍ਰੈਜੇਡੀ ਸੀ ਟ੍ਰੈਜੇਡੀ ਦਾ ਮਤਲਬ ਬੱਚਿਓ ਜਿਵੇਂ ਬਹੁਤ ਹੀ ਦੁਖਦਾਈ ਗੱਲ ਹੋ ਜੇ ਅਤਿਅੰਤ ਦੁਖਦਾਈ ਗੱਲ ਹੋ ਜੇ ਉਹਨੂੰ ਆਪਾਂ ਟ੍ਰੈਜੇਡੀ ਕਹਿੰਦੇ ਆ the pandavas were slaves pandavas jehde rajkumar sige oh hun ki ban gaye daas slaves ban gaye kidhe Duryodhan de but Shakuni's mean cruelty was still unsatisfied par Shakuni di jehdi katiya cruelty si zalim pana si oh haje vi shant nahi si hoya satisfied oh haje vi nahi si hoya Shakuni you do wrong to lose your self oh king kende ਰਾਜੇ ਤੂੰ ਆਪਣੇ ਆਪ ਨੂੰ ਹਰਾ ਕੇ ਗਲਤ ਕੀਤਾ ਯੂ ਡੂ ਰੋਂਗ ਤੂੰ ਗਲਤ ਕੀਤਾ ਟੂ ਲੂਜ਼ ਯਰ self ਆਪਣੇ ਆਪ ਨੂੰ ਹਰਾ ਕੇ ਉਹ ਰਾਜੇ ਹੀ ਜੀਅਰਡ ਉਹ ਜੀਅਰਡ ਫੇਰ ਉਹਨੂੰ ਛੇੜ ਕੇ ਕਹਿ ਰਿਹਾ ਸ਼ੂਰਲੀ ਯੂ ਹੈਵ ਵੈਲਥ ਸਟਿਲ ਗ੍ਰੇਟਰ ਦੈਨ ਯੂ ਹੈਵ ਲਾਸਟ ਕਹਿੰਦੇ ਹਜੇ ਵੀ ਤੇਰੇ ਕੋਲੇ ਵੈਲਥ ਪਈ ਹੈ ਵੈਲ ਦਾ ਮਤਲਬ ਤੋਂ ਦੌਲਤ ਪਈ ਹੈ ਜਿਹੜੀ ਤੂੰ ਹੁਣ ਤੱਕ ਜਿੰਨੀ ਹਾਰੇ ਆ ਉਹਦੇ ਨਾਲੋਂ ਵੀ ਮਹਿੰਗੀ ਤੇਰੇ ਕੋਲ ਇੱਕ ਦੌਲਤ ਪਈ ਹੈ ਗ੍ਰੇਟਰ ਦੈਨ ਯੂ ਹੈਵ ਲਾਸਟ ਗ੍ਰੇਟਰ ਦੈਨ ਦਾ ਮਤਲਬ ਉਹਦੇ ਨਾਲੋਂ ਜ਼ਿਆਦਾ ਯੂ ਹੈਵ ਲੌਸ ਜੋ ਤੂੰ ਹਾਰ ਚੁੱਕਿਆ ਉਹਦੇ ਨਾਲ ਵੀ ਤੇਰੇ ਕੋਲੇ ਵੈਲਥ ਹਜੇ ਵੀ ਪਈ ਹੈ ਹੈਵ ਯੂ ਨਾਟ ਅ ਸਟੇਕ ਵਰਦੀ ਟੂ ਵਿਨ ਬੈਕ ਯੂਅਰ ਬ੍ਰਦਰਸ ਯੂਅਰ ਕਿੰਗਡਮ ਐਂਡ ਆਲ ਯੂਅਰ ਵੈਲਥ ਕਹਿੰਦੇ ਕੀ ਤੂੰ ਉਸ ਦੌਲਤ ਨੂੰ ਦੌ ਤੇ ਨਹੀਂ ਲਾਏਗਾ ਹੈਵ ਯੂ ਨਾਟ ਅ ਸਟੇਕ ਕਿ ਤੇਰੇ ਕੋਲੇ ਇੱਕ ਜਿਹਾ ਦੌ ਨਹੀਂ ਹੈ ਤਾਂ ਕਿ ਤੂੰ ਆਪਣੇ ਵਿਨ ਬੈਕ ਯੂਅਰ ਬ੍ਰਦਰ ਤੂੰ ਆਪਣੇ ਬ੍ਰਦਰ ਸਾਰੇ ਜਿੱਤ ਲੈ ਆਪਣੀ ਕਿੰਗਡਮ ਜਿੱਤ ਲੈ ਐਂਡ ਆਲ ਯੂਅਰ ਵੈਲਥ ਤੇ ਆਪਣੀ ਸਾਰੀ ਧਨ ਦੌਲਤ ਜਿੱਤ ਲੈ ਮਤਲਬ ਦੇਖੋ ਉਹਨੂੰ ਉਕਸਾਰੇ ਹੈ ਵੀ ਤੂੰ ਹੁਣ ਤੱਕ ਜਿੰਨਾ ਕੁਝ ਹਾਰੇ ਹੈ ਤੂੰ ਜਿੰਨੀ ਵੈਲਥ ਹਾਰੇ ਆ ਜਿੰਨਾ ਤੂੰ ਜੀ ਹੀਰੇ ਜਵਰਾਤ ਘੋੜੇ ਬੱਗੀਆਂ ਸਭ ਕੁਝ ਸਾਡੇ ਕੋਲੇ ਹਾਰੇ ਆ ਤੇ ਨਾਲ ਤੂੰ ਆਪਣੇ ਚਾਰਪਰਾ ਹਾਰੇ ਆ ਨਾਲੇ ਤੂੰ ਕਿੰਗਡਮ ਸਾਡੇ ਕੋਲੇ ਹਾਰੇ ਆ ਨਾਲੇ ਤੂੰ ਆਪਣੇ ਆਪ ਨੂੰ ਹਾਰੇ ਆ ਕਿ ਤੂੰ ਚਾਹਦਾ ਨਹੀਂ ਕਿ ਉਹ ਚੀਜ਼ ਦਾਤ ਲਾਤੇ ਤੂੰ ਸਾਰਾ ਕੁਝ ਜਿੱਤ ਲੈ ਮਤਲਬ ਉਹ ਸਾਰੀਆਂ ਚੀਜ਼ਾਂ ਉਹ ਇੱਕ ਪਾਸੇ ਕਰਕੇ ਕਹਿੰਦਾ ਵੀ ਤੂੰ ਉਹ ਚੀਜ਼ ਲਾਹ ਦਾਤੇ ਮੈਂ ਇਦਰੋਂ ਸਾਰੀਆਂ ਚੀਜ਼ਾਂ ਲੰਨਾ ਤੇ ਤੂੰ ਜਿੱਤ ਜਾ ਤੂੰ ਮੇਰੇ ਤੋਂ ਸਾਰੀਆਂ ਤੂੰ ਆ ਚੀਜ਼ਾਂ ਜਿੱਤ ਲੈ ਹੈਵ ਯੂ ਨੋਟ ਦਾ ਪੀਅਰਲੈਸ ਕੁਇਨ ਦ੍ਰੋਪਦੀ ਕੀ ਤੇਰੇ ਕੋਲੇ ਤੇਰੀ ਰਾਣੀ ਨਹੀਂ ਹੈ ਪੀਅਰਲੈਸ ਪੀਅਰਲੈਸ ਦਾ ਮਤਲਬ ਹੁੰਦਾ ਬੱਚਿਓ ਜਿਸ ਦੀ ਕੋਈ ਮੈਚਿੰਗ ਨਾ ਹੋ ਸਕੇ no match ਯੂ نو ਆਪਾਂ ਕਹਿੰਦੇ ਆ ਡਰਾਪਦੀ ਬਹੁਤ ਹੀ ਯੂਨੀਕ ਜਿਹੜੀ ਹੈ ਲੇਡੀ ਮੰਨੀ ਜਾਂਦੀ ਸੀਗੀ ਉਸ ਟਾਈਮ ਤਾਂ ਉਸ ਨੂੰ ਕਹਰੇ ਹੈ ਕਿ ਪੀਅਰਲੈਸ ਹੈ ਇਸ ਦਾ ਕੋਈ ਮੈਚ ਨਹੀਂ ਹੈ ਤੇਰੀ ਰਾਣੀ ਦਰਾਪਦੀ ਪਈ ਹੈ ਜੀ ਦਾ ਪਾਂਡਵਸ ਹੂ ਹੈਡ ਸੈਟ ਮੋਸ਼ਨਲੈਸ ਵਾਈਲ देयर ਵੈਰੀ ਫਰੀडम ਵਾਸ ਟੇਕਨ ਲੌਸਟ ਸਟਰਡ ਰੈਸਲੈਸਲੀ ਜਿਹੜੇ ਪਾਂਡਵ ਜ ਹੁਣ ਤੱਕ ਦੇਖੋ ਮੋਸ਼ਨਲੈਸ ਬੈਠੇ ਸੀ ਮੋਸ਼ਨਲੈਸ ਦਾ ਮਤਲਬ ਹਿਲਜੁਲ ਨਹੀਂ ਸੀ ਰਹੇ ਜਦੋਂ ਉਹਨਾਂ ਦੀ ਫਰੀडम ਵੀ ਦੇਖੋ ਸਟੇਕ ਤੇ ਲੱਗੀ ਉਹਨਾਂ ਦੀ ਆਪਣੀ ਆਜ਼ਾਦੀ ਵੀ ਸਟੇਕ ਤੇ ਲੱਗੀ ਅਤੇ ਅਤੇ ਉਹ ਹਾਰ ਗਏ ਹੁਣ ਉਹ ਥੋੜਾ ਜਿਹਾ ਸਟਰਡ ਮਤਲਬ ਹਿਲੇ ਸਟਰ ਦਾ ਮਤਲਬ ਹੁੰਦਾ ਬੇਟਾ ਹਿਲਣਾ ਹੁਣ ਤੱਕ ਤਾਂ ਹਿਲੇ ਹੀ ਨਹੀਂ ਸੀ ਜਦੋਂ ਦ੍ਰੋਪਦੀ ਦਾ ਨਾਮ ਸੁਣਿਆ ਫਿਰ ਉਹ ਥੋੜਾ ਜਿਹਾ ਬੇਸਬਰ ਬੇਸਬਰੇ ਹੋ ਕੇ ਰੈਸਲੈਸਲੀ ਬੇਸਬਰੇ ਹੋ ਕੇ ਥੋੜਾ ਜਿਹਾ ਹਿਲੇ it seemed that last they must rebel against the elder brother whom they love so well hun ae lagya si saryan nu ke shayad oh apne bade bhara de agge hun rebel karnge matlab ke vidroh karnge hun tak oh bole ni si halaki unnu lagda reha si ke jo bhara kar reha ho galat kar reha lekin huje tak oh bole ni si te hun oh lag reha si ke hun apne bade bhara de against jaan ge vidroh karnge jisnu ke bahut zyada pyar karde si ਬਟ ਇਟ ਵਾਸ ਟੂ ਲੇਟ ਇਸ ਤੋਂ ਪਹਿਲਾਂ ਕਿ ਉਹ ਬੋਲ ਦੇ ਮਤਲਬ ਕਿ ਹਜੇ ਉਹ ਬੋਲਣ ਦੇ ਬਾਰੇ ਸੋਚ ਹੀ ਰਹੇ ਸੀ ਯੈਸ ਹਾਂ ਕਰਤੀ ਕਿਨੇ ਹਿਸ ਯੁਦਿਸ਼ਤਨ ਨੇ ਯੁਦਿਸ਼ਤਨ ਨੇ ਫੇਰ ਨਹੀਂ ਕੋ ਸੋਚਿਆ ਉਹਨੇ ਫੇਰ ਆਪਣੇ ਭਰਾਵਾਂ ਤੋਂ ਵੱਲ ਦੇਖਿਆ ਤੱਕ ਨਹੀਂ ਹੋਣਾ ਆਪਣੇ ਆਪ ਹੀ ਉਹਨੇ ਹਾਂ ਕਰਦੀ ਕਿਉਂਕਿ ਉਹੀ ਦਿਮਾਗ ਦੇ ਵਿੱਚ ਫੇਰ ਜੂਆ ਯੁਦਿਸ਼ਤਰ ਬੋਲਿਆ ਇਨ ਅ ਫੀਅਰਸ ਲੋ ਵਾਇਸ ਇੱਕ ਬਹੁਤ ਹੀ ਭਿਆਨਕ ਫੀਅਰਸ ਦਾ ਮਤਲਬ ਹੁੰਦਾ ਬੇਟਾ ਭਿਆਨਕ ਇੱਕ ਬਹੁਤ ਹੀ ਭਿਆਨਕ ਹੋਲੀ ਜੀ ਆਵਾਜ਼ ਦੇ ਵਿੱਚ ਗਲੇਅਰਿੰਗ ਐਟ ਹਿਸ ਟੌਰਮੈਂਟਰ ਆਪਣੇ ਟੌਰਮੈਂਟਰ ਵੱਲ ਦੇਖਦੇ ਹੋਏ ਨਾ ਟੌਰਮੈਂਟਰ ਸ਼ਬਦ ਬੇਟਾ ਟੌਰਮੈਂਟ ਤੋਂ ਬਣਿਆ ਹੈ ਟੌਰਮੈਂਟ ਦਾ ਮਤਲਬ ਹੁੰਦਾ ਹੈ ਦੁੱਖ ਦੇਣਾ ਤੇ ਟੌਰਮੈਂਟਰ ਦਾ ਮਤਲਬ ਹੁੰਦਾ ਹੈ ਦੁੱਖ ਦੇਣ ਵਾਲਾ ਤਾਂ ਆਪਣੇ ਦੁੱਖ ਦੇਣ ਵਾਲੇ ਨੂੰ ਉਹ ਘੂਰ ਕੇ ਵੇਖਦਾ ਹੁਣ ਦੁੱਖ ਦੇਣ ਵਾਲਾ ਕੌਣ ਹੈ ਸ਼ਕੁਨੀ ਤੇ ਦਰਯੋਦਨ ਨੇ ਤਾਂ ਗਲੇਅਰਿੰਗ ਉਸ ਵੱਲ ਦੇਖਦੇ ਹੋਏ ਬੋਲਦਾ ਹੈ ਕਿ ਹਾਂ ਮੈਂ ਤਿਆਰ ਹਾਂ ਆਈ ਸਟੇਕ ਮਾਈ ਬਿਲਵਡ ਵਾਈਫ ਮੈਂ ਆਪਣੀ ਪਿਆਰੀ ਪਤਨੀ ਨੂੰ ਦੌਤੇ ਲਾਣਾ ਫਰੋਮ ਦਾ ਹੈਲ ਕੇਮ ਲਾਊਡ ਕ੍ਰਾਈਜ਼ ਆਫ ਸ਼ੇਮ ਹੁਣ ਦੇਖੋ ਹੁਣ ਤੱਕ ਹਾਲ ਸਾਰਾ ਚੁੱਪ ਬੈਠਾ ਸੀ ਜੋ ਉਸ ਨੂੰ ਦੇਖ ਰਹੇ ਸੀ ਲੇਕਿਨ ਹੁਣ ਹਾਲ ਦੇ ਵਿੱਚੋਂ ਲੰਬੀਆਂ ਲੰਬੀਆਂ ਚਿੱਕਾਂ ਲਾਊਡ ਵੱਡੀਆਂ ਵੱਡੀਆਂ ਚਿੱਕਾਂ ਆਉਂਦੀਆਂ ਨੇ ਕਿ ਸ਼ੇਮ 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 ਵੀ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਵੀ ਤੂੰ ਆਪਣੀ ਘਰ ਵਾਲੀ ਦੋਤੇ ਲਾ ਰਹੇ ਦਾ ਵਾਈਜ਼ 올ਡ ਭੀਸ਼ਮ ਹਿਡ ਹਿਸ ਫੇਸ ਇਨ ਹਿਸ ਹੈਂਡਸ ਤਾਂ ਜਿਹੜਾ ਬੁੱਢਾ ਭੀਸ਼ਮ ਪਿਤਾ ਮੈਂ ਹੁਣ ਭੀਸ਼ਮ ਪਿਤਾ ਮੈਂ ਕੌਣ ਸੀ ਬੇਟਾ ਮੈਂ ਦੱਸ ਦੇਣਾ ਇਹ ਵੀ ਜਿਹੜਾ ਰਾਜ ਸੀਗਾ ਹਸਤੇਨਾਪੁਰ ਦਾ ਜਿਸ ਦਾ ਰਾਜਾ ਤ੍ਰਿਤਰਾਸ਼ਟ ਸੀ ਉਹਦਾ ਇਹ ਮੁੱਖ ਸੈਨਾਪਤੀ ਸੀ ਇਹ ਕਾਫੀ ਏਜਡ ਬੰਦਾ ਸੀ ਤੇ ਇੱਕ ਬਹੁਤ ਹੀ ਆ ਤਾਕਤਵਰ ਸੀਗਾ ਇਹ تیرੰਦਾਜ਼ ਇਹਦਾ ਜੇ ਕਦੇ ਤੁਸੀਂ ਹਿਸਟਰੀ ਪੜ੍ਹੋ ਤਾਂ ਇਹ ਬਹੁਤ ਹੀ ਵਧੀਆ ਮਤਲਬ ਕਿ ਆ ਯੋद्धा ਸੀਗਾ ਇਹ ਤੇ ਇਸ ਨੇ ਕਸਮ ਖਾਦੀ ਹੋਈ ਸੀ ਕਿ ਮੈਂ ਜਿੰਨੀ ਦੇਰ ਤੱਕ ਇਹਨੂੰ ਐਕਚੁਅਲੀ ਦੋ ਵਰਦਾਨ ਮਿਲੇ ਹੋਏ ਸੀ ਇੱਕ ਵਰਦਾਨ ਇਹ ਲਿਆ ਹੋਇਆ ਸੀ ਕਿ ਜਦੋਂ ਤੱਕ ਇਹ ਚਾਹਦਾ ਹੈ ਜੀ ਸਕਦਾ ਸੀਗਾ ਇਹਨੂੰ ਕੋਈ ਮਾਰ ਨਹੀਂ ਸਕਦਾ ਦੇਖੋ ਇਹ ਬਹੁਤ ਵੱਡੀ ਚੀਜ਼ ਸੀਗੀ ਤੇ ਦੂਸਰਾ ਇਹਨੇ ਕਸਮ ਖਾਦੀ ਸੀ ਕਿ ਮੈਂ ਆਪਣੀ ਜਿੰਨੀ ਦੇਰ ਤੱਕ ਮੈਂ ਜੀਊਂਗਾ ਇਹ ਮੈਂ ਰਾਜ ਦੇ ਲਈ ਜੀਊਂਗਾ ਤੇ ਇਹ ਆਪਣੇ ਹਸੇਨਾਪੁਰ ਦੇ ਲਈ ਮੁੱਖ ਸੈਨਾਪਤੀ ਦਾ ਕੰਮ ਕਰਦਾ ਸੀ ਤੇ ਉਹਨੇ ਵੀ ਆਪਣਾ ਚਿਹਰਾ ਆਪਣੇ ਹੱਥਾਂ 'ਚ ਛੁਪਾ ਲਿਆ ਹਿਸ ਫੈਲੋ ਕਾਉਂਸਲਰਸ ਹੈਡ ਵਰ ਸੰਕ ਇਨ ਡੈਸਪੀਅਰ ਹੁਣ ਉਹਦੇ ਨਾਲ ਦੇ ਜਿਹੜੇ ਕਾਉਂਸਲਰ ਸੀਗੇ ਕਾਉਂਸਲਰ ਦਾ ਮਤਲਬ ਜਿਹੜੇ ਨਾਲ ਦਰਬਾਰੀ ਬੈਠੇ ਸੀ ਉਹ ਵੀ ਵਿਚਾਰੇ ਨਿਰਾਸ਼ਾ ਚ ਘਿਰ ਗਏ ਸੰਕ ਇਨ ਡੈਸਪੀਅਰ ਡੈਸਪੀਅਰ ਦਾ ਮਤਲਬ ਨਿਰਾਸ਼ਾ ਬਟ ਸਟਿਲ ਧ੍ਰਿਤਰਾਸ਼ਟਰ ਵਾ ਸਾਇਲੈਂਟ ਪਰ ਹਜੇ ਵੀ ਧ੍ਰਿਤਰਾਸ਼ਟਰ ਸਾਇਲੈਂਟ ਸੀਗਾ ਹਿਸ ਬਲਾਈਂਡ ਈਗਰ ਫੇਸ ਸਟ੍ਰੈਚਡ ਟੂ ਫਾਰਵਰਡ ਟੁਵਰਡਸ ਅ ਫੈਟਲ ਟੇਬਲ ਤੇ ਉਸ ਦਾ ਜਿਹੜਾ ਬਲਾਈਂਡ ਅੰਨੇ ਅੰਨਿਆਂ ਵਾਲਾ ਜਿਹੜਾ ਉਤਸੁਕ ਜਿਹੜਾ ਚਿਹਰਾ ਸੀਗਾ ਉਹ ਫੈਟਲ ਟੇਬਲ ਉਸ ਟੇਬਲ ਤਬਾਹੀ ਵਾਲੇ ਟੇਬਲ ਨੂੰ ਦੇਖ ਰਿਹਾ ਸੀ ਜਿੱਥੇ ਕਿ ਜੂਆ ਚੱਲ ਰਿਹਾ ਸੀ ਸ਼ਕੁਨੀ ਥਰੂ ਫਸਟ ਆ 3 ਆ ਫਸਟ ਆ 3 ਐਂਡ 5 ਤਸ਼ਕੁਨੀ ਨੇ ਪਹਿਲਾ ਪਾਸੇ ਸਿੱਟੇ ਤੇ ਉਸ ਨੂੰ ਕੀ ਆਇਆ ਜੀ 3 ਐਂਡ 5 ਟੋਟਲ ਬਣਿਆ ਉਹਦੇ 8 ਯੁਦਿਸ਼ਠਰ ਟੁਕ ਅਪ ਦਾ ਬਾਕਸ ਵਿਦ ਟ੍ਰੈਂਬਲਿੰਗ ਹੈਂਡਸ ਯੁਦਿਸ਼ਠਰ ਨੇ ਬਾਕਸ ਚੱਕਿਆ ਜਿਹਦੇ ਚ ਪਾਸੇ ਪਏ ਸੀ ਟ੍ਰੈਂਬਲਿੰਗ ਦਾ ਮਤਲਬ ਕੰਬਦੇ ਹੋਏ ਹੱਥਾਂ ਦੇ ਨਾਲ ਕੰਬਦੇ ਹੋਏ ਹੱਥਾਂ ਦੇ ਨਾਲ ਉਸ ਨੇ ਬਾਕਸ ਚੱਕਿਆ ਉਹਦੇ ਚ ਪਾਸੇ ਸਿੱਟੇ ਦਾ ਡਾਈਸ ਫੈਲ 6 ਐਂਡ 1 ਡਾਈਸ ਚਾਇਆ 6 ਐਂਡ 1 ਬਣੇ 7 ਫੇਸ਼ 19 ਜਿੱਤ ਗਿਆ ਇਹਦਾ ਮਤਲਬ ਦ੍ਰੋਪਦੀ ਵਾਜਾ ਸਲੇਬ ਕਿ ਦ੍ਰੋਪਦੀ ਵੀ ਹੁਣ ਦਾਸੀ ਬਣ ਚੁੱਕੀ ਸੀ ਉਹ ਵੀ 유ਦਿਸ਼ਤਰ ਨੇ ਤਾਂ ਤੇ ਲਾ ਕੇ ਹਾਰਤੀ ਸੀ ਤਾਂ ਇੱਥੇ ਸਾਡਾ ਚੈਪਟਰ ਬੇਟਾ ਖਤਮ ਹੁੰਦਾ ਹੈ ਇਸ ਚੈਪਟਰ ਦੇ ਰਾਈਟਰ ਹੈ ਜੀ ਮਾਰਜਰੀ ਸਾਇਕਸ ਤੇ ਇਹਨਾਂ ਨੇ ਮਹਾਭਾਰਤ ਦੀ ਟ੍ਰਾਂਸਲੇਸ਼ਨ ਕੀਤੀ ਸੀ ਇੰਗਲਿਸ਼ ਦੇ ਵਿੱਚ ਤਾਂ ਉਸ ਦਾ ਬੁੱਕ ਦਾ ਨਾਮ ਸੀ ਦਾ ਸਟੋਰੀ ਆਫ ਮਹਾਭਾਰਤਾ ਉਹਦੇ ਵਿੱਚੋਂ ਇਹ ਚੈਪਟਰ ਤੁਹਾਡਾ ਲਿਆ ਗਿਆ ਐਸੇ ਨਾਲ ਸਟੂਡੈਂਟ ਸਾਡਾ ਇਹ ਸਾਰਾ ਚੈਪਟਰ ਕੰਪਲੀਟ ਹੁੰਦਾ ਹੈ ਮਨੋਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਚੈਪਟਰ ਸਮਝ ਵੀ ਆਇਆ ਹੋਵੇਗਾ ਅਤੇ ਤੁਹਾਨੂੰ ਵਧੀਆ ਵੀ ਲੱਗਿਆ ਹੋਵੇਗਾ ਜੇਕਰ ਫਿਰ ਵੀ ਤੁਹਾਡਾ ਇਸ ਚੈਪਟਰ ਦੀ ਟੈਕਸਟ ਦੇ ਵਿੱਚ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਵੀਡੀਓ ਦੇ ਐਂਡ ਤੇ ਮੈਂ ਇਸ ਚੈਪਟਰ ਦੇ ਨਾਲ ਬਣਾਏ ਹੋਏ ਜੋ ਮੇਰੇ ਵੀਡੀਓਜ਼ ਨੇ ਉਹਨਾਂ ਨੂੰ ਇੱਕ ਵਾਰੀ ਫੇਰ ਸ਼ੇਅਰ ਕਰ ਰਿਹਾ ਹਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਚੈਪਟਰ ਦੇ ਕੁਐਸਚਨ ਆਨਸਰਸ ਨੂੰ ਡਿਸਕਸ ਕਰਾਂਗੇ ਫਿਰ ਮਿਲਦੇ ਹਾਂ ਜੀ ਧੰਨਵਾਦ